ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੇ ਹੋਏ ਸਾਧ ਸੰਗਤ ਜੋ ਆਪਣੀਆਂ ਮਨਵਿੱਤਿਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰ ਹੀ ਸਾਰੇ ਹੀ ਰੜਕਿਆਖੇ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ੍ਰਵਣ ਕਰ ਰਹੇ ਸੀ ਗ੍ਰੰਥਾਕਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਬਹੁਤ ਸਾਰੇ ਸਿੱਖਾਂ ਨੇ ਇਸ ਤਰ੍ਹਾਂ ਦਾ ਹਨੁਮਾਨ ਲਾਇਆ ਕਿ ਬਾਬਾ ਗੁਰਦਿੱਤਾ ਸਤਿਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਨੇ ਪਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦੇ ਕੇ ਇਸ ਗੱਲ ਨੂੰ ਸਿੱਧ ਕਰਦੇ ਨੇ ਕਿ ਦਰਅਸਰ ਇਸ ਤਰ੍ਹਾਂ ਦੀ ਗੱਲ ਹੈ ਕੋਈ ਨਹੀਂ ਸੀ ਕੱਲ ਕਰੀਬ ਇੱਥੋਂ ਤੱਕ ਅਥਾ ਪਹੁੰਚੀ ਸੀ ਬਾਜੇ ਤੋਂ ਅੱਗੇ ਮੈਂ ਪ੍ਰਾਰੰਭ ਕਰਦਾ ਜਿਸ ਨੇ ਪ੍ਰਥਮ ਕੀਨ ਅਨੁਮਾਨ ਨਹੀਂ ਪੇਵ ਸੋ ਸਕਿਓ ਪਛਾਣ ਗ੍ਰੰਤਾਕਰ ਪਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ ਨੇ ਸਾਰਿਆਂ ਤੋਂ ਪਹਿਲਾਂ ਇਹ ਅਨੁਮਾਨ ਲਾਇਆ ਕਿ ਬਾਬਾ ਗੁਰਦਿੱਤਾ ਸਤਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਨੇ ਉਸ ਮਨੁੱਖਲੇ ਮਾਨਵ ਕੇ ਭੇਦ ਨੂੰ ਸਮਝਿਆ ਨਹੀਂ ਤਿਸ ਨੇ ਸਿੱਖ ਸੰਗਤ ਮੈਂ ਕਹਿਓ ਸੁਣ ਪਰੰਪਰਾ ਸਭ ਨੇ ਲਹਿਓ ਉਸ ਨੇ ਆਪਣੇ ਮਨ ਦੇ ਅਨੁਮਾਨ ਦੇ ਨਾਲ ਹੀ ਸਿੱਖ ਸੰਗਤਾਂ ਦੇ ਵਿੱਚ ਇਹ ਗੱਲ ਕਹਿ ਦਿੱਤੇ ਕਿ ਬਾਬਾ ਗੁਰਦਤਾ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਨੇ ਕਵੀ ਜੀ ਕਹਿੰਦੇ ਨੇ ਕਿ ਫਿਰੋਜ਼ ਤੋਂ ਸੁਣ ਕੇ ਮਾਨੋ ਇੱਕ ਦੂਜੇ ਤੋਂ ਅੱਗੇ-ਅੱਗੇ ਸੁਣ ਕੇ ਇਹ ਗੱਲ ਫਸਰ ਗਈ ਕਹਤ ਰਹੇ ਸਿੱਖ ਸੁਣਤੇ ਰਹੇ ਨਿਰਨੇ ਕਰਿਆਛੇ ਨਹੀਂ ਲਹੇ ਕਈ ਕਹਿੰਦੇ ਰੇ ਕਈ ਸੁਣਦੇ ਰੇ ਪਰ ਕਵੀ ਜੀ ਲਿਖਦੇ ਨੇ ਕਿ ਕਿਸੇ ਵੀ ਕਹਿਣ ਵਾਲੇ ਨੇ ਜਾਂ ਕਿਸੇ ਵੀ ਸੁਣਨ ਵਾਲੇ ਨੇ ਮਾਨੋ ਕਿ ਇਸ ਦਾ ਠੇਕ ਪਤਾ ਨਾ ਕੀਤਾ ਯਾਂ ਤੇ ਕਹਿਣ ਨਹੀਂ ਇਹ ਚੀਨ ਸਮਝੋ ਸਤਗੁਰ ਸਿੱਖ ਪਰ ਬਿਨ ਇਸ ਕਰਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਕਹਿਣਾ ਠੀਕ ਨਾ ਜਾਣੋ ਹੇ ਪਿਆਰੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਿਆਣੇ ਸਿੱਖੋ ਮੇਰੀ ਆਖੀ ਹੋਈ ਗੱਲ ਨੂੰ ਸਮਝੋ ਬਾਬਾ ਕਹਿਵੇ ਤੇ ਸਭ ਜਾਣਾਂ ਸ੍ਰੀ ਚੰਦ ਕਥ ਸੁਣੀ ਨਾ ਕਾਨਾ ਗ੍ਰੰਥਾਕਾਰ ਪਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੱਲ ਸਿਰਫ ਇੰਨੇ ਸੀ ਕਿ ਗੁਰਦੱਤਾ ਜੀ ਦੇ ਨਾਂ ਦੇ ਅੱਗੇ ਬਾਬਾ ਸ਼ਬਦ ਜੁੜ ਗਿਆ ਇਸ ਸ਼ਬਦ ਦੇ ਜੁੜਨ ਦੇ ਨਾਲ ਮੰਨੋ ਕਿ ਜਿਹੜੀ ਗੱਲ ਸੀ ਨਾ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਾਲੇ ਪਾਸੇ ਦੇ ਸਮਝੀ ਜਾਣ ਲੱਗੀ ਸ੍ਰੀ ਚੰਦ ਕਥ ਸੁਣੀ ਨਾ ਕਾਨਾ ਪਰ ਕਵੀ ਜੀ ਲਿਖਦੇ ਨੇ ਕਿ ਸ੍ਰੀ ਚੰਦ ਦੀ ਜਿਹੜੀ ਆਖੀ ਹੋਈ ਕਥਾ ਸੇਨਾ ਉਸ ਨੂੰ ਨਹੀਂ ਸੁਣਿਆ ਤਾਂ ਕਰਕੇ ਇਸ ਤਰ੍ਹਾਂ ਦੇ ਅਨੁਵਾਂ ਲੱਗੇ ਨਿਰਣ ਕਰਨ ਹਾਰ ਸਿੱਖ ਜਈ ਸਮਝ ਵਿਚਾਰੋ ਨੀਕੇ ਤੇਈ ਕਵੀ ਜੀ ਲਿਖਦੇ ਨੇ ਹੇ ਸਰੋਤਾ ਜਨੋ ਹੇ ਸੁਣਨ ਵਾਲਿਓ ਨਿਰਣੇ ਕਰਕੇ ਤੁਸੀਂ ਇਸ ਗੱਲ ਨੂੰ ਸਮਝੋ ਤੇ ਵਿਚਾਰੋ ਕਿ ਮੈਂ ਜੋ ਕਹਿ ਰਿਹਾ ਹਾਂ ਠੀਕ ਹੀ ਕਹਿ ਰਿਹਾ ਸ੍ਰੀ ਹਰਿ ਗੋਬਿੰਦ ਕੇ ਸੁਤ ਜਨਮੇ ਸਰਬ ਕੋ ਟਾਂਬ ਅਨੰਦਤ ਮਨ ਮੈਂ ਹੁਣ ਗ੍ਰੰਥਾਕਾਰ ਪਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਗੁਰਦੱਤਾ ਜੀ ਮੰਨੋ ਕਿ ਸਤਿਗੁਰਾਂ ਦੇ ਅਵਤਾਰ ਨਹੀਂ ਸਨ ਅੱਗੇ ਹੁਣ ਉਹ ਜਿਹੜੀ ਚੱਲ ਰਹੀ ਕਥਾ ਸੀ ਉਹਨੂੰ ਅੱਗੇ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪਹਿਲੇ ਪੁੱਤਰ ਗੁਰਦਿੱਤੇ ਦਾ ਜਨਮ ਹੋਇਆ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਇਆ ਕਰ ਕਰ ਗੰਗਾ ਸਨੇਹ ਕਨੇਰਾ ਪੋਤਰ ਦੁਲਾਰਤ ਸਾਂਝ ਸਵੇਰਾ ਮਾਤਾ ਗੰਗਾ ਜੀ ਮਾਨੋ ਕੇ ਬਹੁਤ ਜ਼ਿਆਦਾ ਸਨੇਹ ਕਰਕੇ ਮੋਹ ਕਰਕੇ ਆਪਣੇ ਪੁੱਤਰੇ ਨੂੰ ਦੁਲਾਰਦੇ ਨੇ ਸਵੇਰੇ ਸ਼ਾਮ ਗ੍ਰਾਮ ਡਰੋਲੀ ਸਮੇਂ ਬਿਤਾਵਾ ਸ੍ਰੀ ਸਤਗੁਰੂ ਪਰਮੋਦ ਵਧਾਵਾ ਕਵੀ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਡਰੋਲੀ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਸਮੇਂ ਨੂੰ ਬਤੀਤ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਆਨੰਦ ਵਧਾਇਆ ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਵਾਗਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ ਸ੍ਰੀ ਹਰਿ ਗੋਵਿੰਦ ਚੰਦ ਕੇ ਸਤਿ ਉਪਜੋ ਪਸ ਚਾਤ ਕੇਤਕ ਮਾਸ ਬਤੀਤ ਪੇ ਸੁੰਦਰ ਬ੍ਰਧਤ ਗਾਤ ਗ੍ਰੰਥਾਕਾਰ ਪਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਇਸ ਤੋਂ ਪਿਛੋਂ ਕਈ ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ ਮਾਨੋ ਕਿ ਬਾਲਕ ਦਾ ਜਿਹੜਾ ਸੁੰਦਰ ਸਰੀਰ ਹੈ ਨਾ ਹੁਣ ਹੌਲੀ-ਹੌਲੀ ਵੱਧ ਰੇ। ਨਾ ਮੋ ਲਗਤ ਹੁਤੀ ਗੋਰ ਸਾਰੀ ਸੋਸ ਬੰਦ ਕੋਰਦੇ ਬਿਸਾਰੀ ਕਵੀ ਜੀ ਲਿਖਦੇ ਨੇ ਕਿ ਭਾਵੇਂ ਰਾਮ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੀਰਕ ਤੌਰ ਦੇ ਉਤੇ ਸਾਲੀ ਲੱਗਦੇ ਸੀ ਪਰ ਕਦੇ ਵੀ ਮਾਨੋ ਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਾਲੀ ਸਮਝਿਆ ਸੀ ਤੇ ਨਾ ਹੀ RAMO ਨੇ ਕਦੇ ਆਪਣਾ ਜੀਜਾ ਸਮਝਿਆ ਸੀ ਇਹਨਾਂ ਗੱਲਾਂ ਤੋਂ ਵਪਰੀਤ ਗੱਲ ਸੀ ਪਾਤੀ ਜੋ ਤੇ ਜਾਣਿਓ ਗੁਰਜਗਦੀਸ਼ ਨਿਤ ਉਠ ਤਰਤ ਚਰਨ ਪਰ ਸੀਸ ਸਾਈਂ 10ਵੇਂ ਵੀ ਕਦੇ ਸਤਿਗੁਰਾਂ ਨੂੰ ਆਪਣਾ ਸੰਢ ਹੋਣੇ ਸੀ ਮੰਨਿਆ ਉਹ ਸਤਿਗੁਰੂ ਦਾ ਰਿਸ਼ਤਾ ਰੱਖਦੇ ਸਨ ਇਸ ਕਰਕੇ ਮੰਨੋ ਕਿ ਦੋਵਾਂ ਜੀਆਂ ਨੇ ਗੁਰੂ ਦੇ ਰਿਸ਼ਤੇ ਨੂੰ ਕਾਇਮ ਰੱਖਿਆ ਸਵੇਰ ਹੋਣ ਦੇ ਸਾਰ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹ ਸਿਰ ਟੜ ਦਿੰਦੇ ਸ। ਪੋਜਨ ਆਦਿਕ ਸੇਵਾ ਜੋਏ ਕਰ ਪ੍ਰੇਮ ਤੇ ਨਿਜ ਕਰ ਸੋਏ। ਪੋਜਨਾਦਕ ਦੀ ਜਿੰਨੀ ਵੀ ਸੇਵਾ ਸੀ ਉਹ ਸਾਰੀ ਸੇਵਾ ਰਾਮੋ ਕਰਦੀ ਸੀ ਬੜੇ ਪ੍ਰੇਮ ਦੇ ਨਾਲ ਆਪਣੇ ਹੱਥਾਂ ਦੇ ਨਾਲ। ਆਸਪ੍ਰਤੀਤ ਦੰਪਤ ਕੋ ਆਈ। ਸੇਵਤ ਸਤਿਗੁਰ ਸ਼ਕਤੀ ਪਾਏ ਗ੍ਰੰਥਾਕਾਰ ਪਏ ਸੰਤੋਖ ਸਿੰਘ ਜੀ ਲਿਖਦੇ ਨੇ ਐਸੀ ਸਤਿਗੁਰਾਂ ਦੇ ਉੱਤੇ ਪ੍ਰਤੀਤ ਦੋਹਾਂ ਜੀਆਂ ਦੀ ਵੱਜੀ ਹੈ ਕਿ ਮਨ ਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਵਿੱਚ ਸ਼ਕਤੀਆਂ ਦੀ ਬਰਕਤ ਆ ਗਈ ਆਜ਼ਮਤ ਸੈਤ ਪਾਇਓ ਓ ਜਹਾਰ 14 ਲੋਕ ਚਰਤ ਲਖ ਸਾਰਾ ਮਨੋ ਕੇ ਸਾਈਂ ਦਾਸ ਦੇ ਹਿਰਦੇ ਦੇ ਵਿੱਚ ਅਜ਼ਮਤਾਂ ਦਾ ਕਰਾ ਮਾਤਾ ਦਾ ਐਸਾ ਉਜਾਲਾ ਹੋਇਆ ਐਸਾ ਚਾਨਣ ਹੋਇਆ ਕਿ 14 ਲੋਕਾਂ ਦੇ ਵਿੱਚ ਜਿੰਨੇ ਵੀ ਸਤਿਗੁਰੂ ਜੀ ਚਰਿੱਤਰ ਕਰ ਰਹੇ ਸਨ ਉਹਨਾਂ ਸਾਰਿਆਂ ਨੂੰ ਦੇਖਣ ਲੱਗਾ ਤਿਉ ਤਿਉ ਨ ਮਰੀ ਭੂਤ ਬਨੰਤੇ ਸ਼ਕਤ ਪਾਏ ਕਰ ਨਹੀਂ ਗਰ ਬਨਤੇ ਭਾਵੇਂ ਕਿ ਸਾਈਂ ਦਾਸ ਦੇ ਵਿੱਚ ਬੜੀਆਂ ਬਰਕਤਾਂ ਆਈਆਂ ਗੁਰੂ ਦੀ ਕਿਰਪਾ ਦੇ ਨਾਲ ਬੜੀਆਂ ਸ਼ਕਤੀਆਂ ਆਈਆਂ ਪਰ ਜਿਵੇਂ ਜਿਵੇਂ ਸ਼ਕਤੀਆਂ ਆਈਆਂ ਤਿਵੇਂ ਤਿਵੇਂ ਮੰਨੋ ਕਿ ਨਿਮਰਤਾ ਦੇ ਅਧੀਨ ਹੁੰਦਾ ਹੋਇਆ ਝੁਕਦਾ ਗਿਆ ਸ਼ਕਤੀ ਨੂੰ ਪਾ ਕੇ ਮੰਨੋ ਕਿ ਹੰਕਾਰ ਨਹੀਂ ਕੀਤਾ ਸਾਈਂ ਦਾਸ ਨੇ ਵੇਲ ਸਤ ਬਡੇ ਬినੋਦ ਬਲਾਸੂ ਤਿਨ ਕੇ ਸਤਗੁਰ ਬਸੇ ਆਵਾਸੂ ਸਤਗੁਰੂ ਸੱਚੇ ਪਾਤਸ਼ਾਹ ਜੀ ਮੰਨੋ ਕਿ ਬਹੁਤ ਹੀ ਤਰ੍ਹਾਂ ਦੇ ਕੌਤਕ ਉਹਨਾਂ ਦੇ ਕਰਦੇ ਵਿੱਚ ਰਹਿੰਦਿਆਂ ਹੋਇਆਂ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਟਿਕੇ ਹੋਏ ਹਰਾ ਮੋਲੇ ਗੋਰ ਸੋਤ ਕਰ ਪਿਆਰੂ ਬਹੁਤ ਦੁਲਾਰਤ ਦੇਖਤ ਚਾਰੂ ਰਾਮ ਮਾਨੋ ਕੇ ਗੁਰੂ ਦੇ ਸੁਪੁੱਤਰ ਨੂੰ ਭਾਵ ਕੇ ਗੁਰਦੇਤੇ ਨੂੰ ਗੋਦ ਦੇ ਵਿੱਚ ਲੈ ਕੇ ਬੜਾ ਪਿਆਰ ਕਰਦੀ ਹੈ ਬੜਾ ਦੁਲਾਰਦੀ ਹੈ ਬੜਾ ਖਡਾਉਂਦੀ ਹੈ ਗੁਰੂ ਸਮੇਂ ਪਕਾਬ ਕਾਬਲੇ ਜਾਵੇ ਗੋਦ ਪੁੱਤਰ ਕੋਲੇ ਦੁਲ ਰਾਵੈ ਕਦੇ ਕਦੇ ਰਾਮ ਚੁੱਕ ਕੇ ਬਾਲਕ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਜਾਂਦੀ ਹੈ ਉਸ ਵੇਲੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਬਹੁਤ ਹੀ ਜ਼ਿਆਦਾ ਲਾੜ ਲੜਾਉਂਦੇ ਨੇ ਗੁਰਦਿੱਤੈਨ ਸਾਈਂ ਦਾਸ ਕਬੂਲੇ ਅੰਕ ਸੁੰਦਰ ਮਨੋ ਚੰਦ ਅਕ ਲੰਕ ਕਦੇ ਕਦੇ ਸਾਈਂ ਦਾਸ ਵੀ ਬਾਲਕ ਨੂੰ ਚੁੱਕਦਾ ਹੈ ਆਪਣੀ ਗੋਦੀ ਦੇ ਵਿੱਚ ਮਾਨੋ ਕਿ ਇਹਨਾਂ ਬਾਲਕ ਦਾ ਸੁੰਦਰ ਸਰੂਪ ਹੈ ਕਿ ਜਿਸ ਤਰ੍ਹਾਂ ਕਲੰਕ ਤੋਂ ਰਤ ਚੰ드ਰਮਾ ਹੋਵੇ ਪਿਖਦਮੋਦਰੀ ਹੈ ਬਲਿਹਾਰੀ ਪਾਰਤ ਪੁੱਤਰ ਪ੍ਰੀਤ ਔਰ ਧਾਰੀ ਦਮੋਦਰੀ ਜੀ ਆਪਣੇ ਪੁੱਤਰ ਨੂੰ ਦੇਖ ਕੇ ਉਦੇ ਤੋਂ ਬੜਾ ਬਲਹਾਰ ਜਾਂਦੇ ਨੇ ਬੜੇ ਪ੍ਰੇਮ ਦੇ ਨਾਲ ਪ੍ਰੀਤ ਦੇ ਨਾਲ ਉਸ ਬਾਲਕ ਨੂੰ ਪਾਲਦੇ ਨੇ ਜਾਰੇ ਜਰਾ ਉਸ ਚਾਮੀ ਕਰਕੇ ਓਖਣ ਬਹੁ ਪਹਿਰਾਵਨ ਕਰਕੇ ਇਸ ਤੋਂ ਬਾਅਦ ਸੋਨੇ ਦੇ ਕੜੇ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਏ ਨੇ ਇਸ ਤਰ੍ਹਾਂ ਦੇ ਜਿਹੜੇ ਕੜੇ ਸੇ ਨਾ ਉਹ ਮਾਨੋ ਕੇ ਬਾਲਕ ਗੁਰਦਿੱਤੇ ਦੇ ਹੱਥਾਂ ਦੇ ਵਿੱਚ ਪਹਿਨਾਏ ਗਏ ਸੂਖਮ ਚੀਨ ਵਾਸਤਰ ਪਹਿਰਾਵ ਝਗਲੀ ਮੈਂ ਸਰੀਰ ਦੇ ਪ ਤਾਵੇ ਬੜੇ ਹੀ ਬਰੀਕ ਕੱਪੜੇ ਦੀ ਜਿਹੜੀ ਝੱਗੀ ਹੈ ਉਹ ਬਾਲਕ ਦੇ ਗਲ ਦੇ ਵਿੱਚ ਪਾਈ ਗਈ ਹੈ ਜਿਸ ਬਰੀਕ ਕੱਪੜੇ ਦੀ ਝਗਲੀ ਦੇ ਵਿੱਚੋਂ ਮਾਨੋ ਕੇ ਸੁੰਦਰ ਸਰੀਰ ਦਿਸਦਾ ਹੈ ਤ੍ਰਿਪਤ ਨਾ ਹੋਤ ਦੁਲਾਰਤ ਸਾਰੇ ਬਾਲਕ ਦੁਰਲਭ ਪ੍ਰਥਮ ਨਿਹਾਰੇ ਕਿਸੇ ਦੀਆਂ ਅੱਖਾਂ ਵੀ ਮਾਨੋ ਬਾਲਕ ਦੇ ਸਰੂਪ ਨੂੰ ਦੇਖ ਕੇ ਰੱਜਦੇ ਨਹੀਂ ਹਨ ਮਾਨੋ ਕਿ ਦੁਰਲਭ ਕਿਸਮ ਦਾ ਬਾਲਕ ਦੇਖਦੇ ਬੀ ਤਿਓ ਚੇਤ ਵਿਸਾਖੀ ਆਈ ਚੌਂ ਦਿਸ਼ ਤੇ ਸੰਗਤ ਉਮਡਾਈ ਗ੍ਰੰਥਾਕਰ ਪਏ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮੰਨੋ ਕਿ ਚੇਤਰ ਦਾ ਮਹੀਨਾ ਬਤੀਤ ਹੋਇਆ ਵਿਸਾਖ ਦਾ ਮਹੀਨਾ ਚਲਿਆ ਤੇ ਵਿਸਾਖੀ ਆਈ ਸੁਣ ਗੁਰ ਦੇਰਾ ਗ੍ਰਾਮ ਡਰੋਲੀ ਅਰਪਣ ਹਿਤ ਵਸਤੂ ਬਹੋ ਮੋਲੀ ਚਾਰ ਚਫੇਰਿਓ ਬੜੀਆਂ ਸੰਗਤਾਂ ਮੰਨੋ ਕਿ ਡਰੋਲੀ ਦੇ ਵਿੱਚ ਪਹੁੰਚੀਆਂ ਨੇ ਆਪਣੀਆਂ ਵੱਡ ਮੁੱਲੀਆਂ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਲਈ ਲੈ ਬੇ ਖੁਸ਼ੀ ਕਾਮਨਾ ਪੂਰਨ ਸੰਗਤ ਆਈ ਪਹੁੰਚੀ ਤੁਰਨ ਮਨੋ ਕੇ ਖੁਸ਼ੀਆਂ ਲੈਣ ਦੇ ਵਾਸਤੇ ਕਾਮਨਾਵਾਂ ਨੂੰ ਪੂਰਨ ਕਰਾਉਣ ਦੇ ਵਾਸਤੇ ਸੰਗਤਾ ਮਨੋ ਕੇ ਛੇਤੀ ਹੀ ਡਰੋਲੇ ਪਹੁੰਚੇ ਹਨ ਦੇਵਸ ਬਸੋਏ ਕੋ ਜਬ ਆਵ ਬਡੋ ਫਰਸ਼ ਗੁਰ ਵਹਿਰ ਕਰਾਵਾ ਮਾਨੋ ਕੇ ਵਸਾਕੀ ਵਾਲੇ ਦਿਨ ਨੂੰ ਬਹੁਤ ਹੀ ਚਾਰ ਚਫੇਰੇ ਚੰਗੀਆਂ ਵਿਸ਼ਾਈਆਂ ਕੀਤੀਆਂ ਗਈਆਂ ਮਖਮਲ ਕੀ ਗਾਦੀ ਲਗਜ਼ਰੀ ਚਾਰਨ ਕੋਰ ਬਰਾਬਰ ਕਰੀ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਸਿੰਘਾਸਣ ਤਿਆਰ ਕੀਤਾ ਹੈ ਮਖਮਲ ਦੀ ਜਿਹੜੀ ਗੱਦੀ ਹੈ ਉਹ ਵਿਸ਼ਾਈ ਗਈ ਹੈ ਜਿਸ ਨੂੰ ਬਹੁਤੀ ਸਾਰੀ ਜ਼ਰੀ ਲੱਗੀ ਹੋਈ ਹੈ ਅਰ ਚਾਰੇ ਪਾਸਿਆਂ ਤੋਂ ਇੱਕੋ ਜਿਹਾ ਆਸਣ ਬਣਾਇਆ ਗਿਆ। ਉਪਰ ਧਰੇ ਬਡੇ ਉਪਤਾਨੂ ਖਾਰੇ ਟਲਾਤ ਬਏ ਸਭ ਦਾਨੂ ਫੇਰ ਉਸ ਸਿੰਘਾਸਣ ਨੂੰ ਬਣਾ ਕੇ ਉਹਦੇ ਉੱਤੇ ਇੱਕ ਬਹੁਤ ਵੱਡਾ ਸਿਰਾਨਾ ਗੋਲ ਰੱਖਿਆ ਗਿਆ ਹੈ। ਸਾਵਧਾਨਤਾ ਦੇ ਨਾਲ ਜਿਹੜੇ ਸੂਰਮੇ ਨੇ ਪਾਸੇ-ਪਾਸੇ ਖਲੋਤੇ ਕਾਂਚਨ ਦੰਡ ਲਿਏ ਕੋ ਪਾਣੇ ਖਰੇ ਪਏ ਗੁਰ ਕੇ ਅਗਵਾਨੇ ਹੱਥਾਂ ਦੇ ਵਿੱਚ ਸੋਨੇ ਦੇ ਡੰਡਿਆਂ ਨੂੰ ਫੜ ਕੇ ਦੋ ਜਿਹੜੇ ਸਤਿਗੁਰਾਂ ਦੇ ਸੇਵਕ ਨੇ ਨਾ ਉਹ ਵੀ ਉਸ ਸਿੰਘਾਸਣ ਦੇ ਲਾਗੇ ਖਿਲੋਤੇ ਨੇ ਸੂਰਜ ਮੁਖੀ ਬੀਜ ਨਾ ਚਮਕੇ ਜਨ ਸੂਰਜ ਕਿਰਨਨ ਜੁਤ ਦਮਕੇ ਇਸ ਤੋਂ ਇਲਾਵਾ ਸੂਰਜ ਮੁਖੀ ਦੇ ਫੁੱਲ ਦੇ ਵਰਗਾ ਇੱਕ ਜਿਹੜਾ ਪੱਖਾ ਹੈ ਨਾ ਉਹ ਵੀ ਇੱਕ ਸਿੱਖ ਨੇ ਹੱਥ ਦੇ ਵਿੱਚ ਫੜਿਆ ਹੋਇਆ ਮਾਨੋ ਕਿ ਸੂਰਜ ਕਿਰਨਣ ਜੁੱਤ ਦਮਕੈ ਜਿਸ ਤਰ੍ਹਾਂ ਸੂਰਜ ਆਪਣੇ ਸਮੇਤ ਕਿਰਨਾ ਦੇ ਦਮਕਦਾ ਹੈ ਇਸ ਤਰ੍ਹਾਂ ਮਾਨੋ ਉਹ ਸੂਰਜ ਮੁਖੀ ਦੇ ਸ਼ਕਲ ਵਾਲਾ ਪੱਖਾ ਚਮਕਦਾ ਸੁੰਦਰ ਮੰਦਰ ਕੋ ਤਵ त्यागे ਆਏ ਬੜੀ ਸਵਾ ਜਹ ਲਾਗੇ ਇਹਨੇ ਚਰਨੋਂ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁੰਦਰ ਮਹਿਲਾਂ ਨੂੰ ਛੱਡਿਆ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਆ ਰਹੇ ਨੇ ਜਿੱਥੇ ਕਿ ਬਹੁਤ ਵੱਡੀ ਸੰਗਤਾਂ ਦੀ ਸਭਾ ਲੱਗੀ ਹੋਈ ਬੋਲਤ ਚਲਤਨ ਕੀ ਬਯਾਗਾਰੀ ਰਾਮ ਪਤੀ ਸੋ ਕਰ ਕਰ ਧਾਰੀ ਸਤਗੁਰੂ ਜੀ ਚਲੇ ਆਉਂਦੇ ਨੇ ਤੇ ਅੱਗੇ-ਅੱਗੇ ਇੱਕ ਜਰਾ ਨਕੀਬ ਹੈ ਉਹ ਬੋਲਦਾ ਹੁੰਦਾ ਹੈ ਖਬਰਦਾਰ ਹੋਸ਼ਿਆਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਨੇ ਜਿਸ ਤਰ੍ਹਾਂ ਕਿ ਮਾਨੋ ਕੋਈ ਬਾਦਸ਼ਾਹ ਸਭਾ ਦੇ ਵਿੱਚ ਆਉਂਦਾ ਹੈ ਇਸ ਤਰ੍ਹਾਂ ਨਕੀ ਅੱਗੇ ਅੱਗੇ ਕਹਿੰਦਾ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਈਂ ਦਾਸ ਦੇ ਹੱਥ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਔਰ ਇਸੇ ਤਰ੍ਹਾਂ ਤੁਰੇ ਹੁੰਦੇ ਸਾਣੇ ਸਣੇ ਤਰ ਪਾਦੇ ਅਰਬਿੰਦ ਆਵਤ ਪੇ ਸਿਰ ਹਰ ਗੋਵਿੰਦ ਹੌਲੀ ਹੌਲੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਚਰਨ ਕਮਲਾਂ ਨੂੰ ਅੱਗੇ ਧਰਦੇ ਨੇ ਔਰ ਇਸੇ ਤਰ੍ਹਾਂ ਚਲੇ ਆਉਂਦੇ ਨੇ ਖਰੀ ਦੂਰ ਲਾ ਸੰਗਤ ਕਨੇ ਦਰਸ਼ਨ ਕੀ ਅਬ ਲੱਖਾ ਸਣੇ ਜਦੋਂ ਇਹ ਸਤਿਗੁਰਾਂ ਨੇ ਦਰਬਾਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਮਨੋ ਕੇ ਸਨਮਾਨ ਕਰਨ ਦੇ ਵਾਸਤੇ ਸਾਰੀ ਦੀ ਸਾਰੀ ਸੰਗਤ ਉੱਠ ਕੇ ਖੜੀ ਹੋ ਗਈ ਇਕ ਬਾਰ ਸਭ ਸੇਸ ਨਿਵਾਏ אבי ਲੋਕਤ ਮਨਮੋਦ ਉਪਾਏ ਦੂਰੋਂ ਹੀ ਸਤਿਗੁਰਾਂ ਦਾ ਦਰਸ਼ਨ ਕਰਕੇ ਇੱਕੋ ਵਾਰੀ ਸਾਰਿਆਂ ਨੇ ਆਪਣੇ ਸਿਰਾਂ ਨੂੰ ਨਿਵਾਇਆ ਹੈ ਖੁਸ਼ੀ ਦੇ ਨਾਲ ਅਗਾਦੀ ਕੋ ਬੰਦਨ ਕਰ ਬੰਦ ਬੈਠੇ ਉਪਰ ਢੀਲ ਬਲੰਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਆਪਣੇ ਸਿੰਘਾਸਨ ਨੂੰ ਆਣ ਕੇ ਨਮਸਕਾਰ ਕੀਤੇ ਹੈ ਤੇ ਫਿਰ ਉਹ সিংহাসਨ ਦੇ ਉੱਤੇ ਬੈਠੇ ਨੇ ਇਸ ਦਾ ਭਾਵ ਇਹ ਲਾਇਆ ਜਾ ਸਕਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਹੈ ਇਸ ਕਰਕੇ ਉਹਨਾਂ ਦੀ ਜਗ੍ਹਾ ਨੂੰ ਜਾਣ ਕੇ ਪਹਿਲਾਂ ਸਿੰਘਾਸਨ ਨੂੰ ਮੱਥਾ ਟੇਕਿਆ ਤੇ ਫਿਰ ਉੱਪਰ ਬੈਠੇ ਚਮਰ ਚਾਰ ਟੋਲਤ ਛਾਵੇ ਐਸੇ ਆਵਤ ਯੁੱੜਤ ਹਾਂਸ ਹੋਏ ਜੈਸੇ ਇੱਕ ਸਿੱਖ ਨੇ ਚੋਰ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੈ ਤੇ ਸਤਗੁਰਾਂ ਦੇ ਸੇਸ਼ ਦੇ ਉੱਤੇ ਚੌਰ ਕਰਨ ਲੱਗਾ ਹੈ ਚਿੱਟੇ ਰੰਗ ਦਾ ਚੌਰ ਮਾਨੋ ਕਿਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੋਈ ਹੰਸ ਉੱਡਦਾ ਉੱਡਦਾ ਸਤਗੁਰਾਂ ਦੇ ਸੇਸ਼ ਦੇ ਲਾਗੇ ਜਾਂਦਾ ਤੇ ਫਿਰ ਇੱਕਦਮ ਪਿਛਾਂ ਹਟ ਜਾਂਦਾ ਇਸ ਤਰ੍ਹਾਂ ਚੌਰ ਹੋ ਰਿਹਾ ਹੈ ਭਾਇਓ ਮੇਵਰੋ ਖਰੋ ਅਗਾਦੀ ਹੇਤ ਸਿੱਖਣ ਅਰਦਾਸ ਉਚਾਰੀ ਇੱਕ ਜਰਾ ਸਤਗੁਰਾਂ ਦਾ ਮੇਵੜਾ ਹੈ ਜਿਹੜਾ ਅਰਦਾਸਿਆ ਹੈ ਉਹ ਸਤਿਗੁਰਾਂ ਦੇ ਲਾਗੇ ਹੋ ਕੇ ਮਾਨੋ ਕੇ ਤਰ੍ਹਾਂ-ਤਰ੍ਹਾਂ ਦੀਆਂ ਬੇਨਤੀਆਂ ਅਰਦਾਸਾਂ ਕਰ ਰਿਹਾ ਹੈ ਹੁਕਮ ਪਾਇਓ ਸੰਗਤ ਕੋ ਤਬੇ ਅਬ ਗੁਰ ਦਰਸੋ ਆਵੋ ਸਭ ਪਹਿਲਾਂ ਤੇ ਸਾਰੀਆਂ ਸੰਗਤਾਂ ਨੇ ਦੂਰੋਂ ਹੀ ਨਮਸਕਾਰ ਕੀਤੀ ਸੀ ਇਸ ਤੋਂ ਬਾਅਦ ਸਤਿਗੁਰਾਂ ਦਾ ਹੁਕਮ ਹੋ ਗਿਆ ਹੈ ਕਿ ਸਾਰੀ ਸੰਗਤ ਮਾਨੋ ਕੇ ਲਾਗੇ ਆਣ ਕੇ ਸਤਗੁਰਾਂ ਦਾ ਦਰਸ਼ਨ ਕਰ ਸਕਦੀ ਹੈ ਸਤਗੁਰਾਂ ਨੂੰ ਮੱਥਾ ਏਕ ਸਕਦੀ ਸੁਣਤ ਬਾਤ ਉਤਲਾਵਤੇ ਆਈ ਤਰੈ ਉਪਾਇਨ ਗਣ ਅਗ ਵਾਈ ਇਸ ਤੋਂ ਬਾਅਦ ਸਾਰੀ ਦੀ ਸਾਰੀ ਸੰਗਤ ਬੜੀ ਕਾਲੀ ਦੇ ਨਾਲ ਸਤਗੁਰਾਂ ਦੇ ਲਾਗੇ ਹਾਰੀ ਹੈ ਰ ਆਪੋ ਆਪਣੀਆਂ ਪੇਟਾਵਾਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਰਹੀ ਦਰਸ਼ਨ ਕਰ ਕਰ ਜੋਰਤ ਹਾਥ ਪਾਇੇ ਕਾਮਨਾ ਸ਼ਰਦਾ ਸਾਥ ਦਰਸ਼ਨ ਕਰ ਕਰਕੇ ਹੱਥਾਂ ਨੂੰ ਜੋੜ ਜੋੜ ਕੇ ਮਨੋ ਕੇ ਕਾਮਨਾਵਾਂ ਨੂੰ ਪੂਰਨ ਕਰ ਰਹੇ ਨੇ ਸ਼ਰਦਾ ਦੇ ਨਾਲ ਅਣਗਣ ਦਰਬ ਚੜਿਓ ਗੋਰੀ ਅਗੇ ਅਰਪੈ ਜਨ ਸਫਲ ਸੁਭਾਗੇ ਮਨੋ ਕੇ ਸਿੱਖ ਸੇਵਕ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਸੋਚਦੇ ਨੇ ਕਿ ਜੋ ਵੀ ਕੁਝ ਅਸੀਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦੇਵਾਂਗੇ ਉਹ ਮੰਨੋ ਕਿ ਸਾਡਾ ਸਫਲ ਹੋ ਜਾਏਗਾ ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਅਣਗਿਣਤ ਹੀ ਜਿਹੜੀ ਮਾਇਆ ਸੀ ਨਾ ਉਹ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈ ਆਵਣ ਸਿੱਖ ਅਣ ਕਰ ਉਹ ਸਕਾਰਥ ਸਰਵ ਰੀਤ ਕਰ ਭਾਏ ਕਿਰਤਾਰਥ ਸਿੱਖਾਂ ਨੇ ਮੰਨੋ ਕਿ ਆਪਣੇ ਆਉਣੇ ਨੂੰ ਸਫਲ ਕਰ ਲਿਆ ਹੈ ਲੇਖੇ ਲਾ ਲਿਆ ਹੈ ਹਰ ਇੱਕ ਰੀਤੀ ਦੇ ਨਾਲ ਮੰਨੋ ਕਿ ਕਿਰਤਾਰਥ ਹੋਏ ਨੇ ਨਿਹਾਲ ਹੋਏ ਨੇ ਸਵਾਜਾਮ ਗੁਰ ਦਰਸ਼ਨ ਦੀਨਾ ਪੁਣ ਪੋਜਨ ਹਿਤ ਉઠੇ ਪਰਬੀਨ ਸਵਾ ਪਹਿਰ ਤੱਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਬੈਠ ਕੇ ਇਸੇ ਤਰੀਕੇ ਦੇ ਨਾਲ ਦਰਸ਼ਨ ਦਿੱਤਾ ਤੇ ਫਿਰ ਪ੍ਰਸ਼ਾਦਾ ਛਕਣ ਦੇ ਵਾਸਤੇ ਉੱਠ ਪਏ ਜੈ ਜੈਕਾਰ ਹੋਤ ਚੌਂ ਫੇਰੇ ਗਏ ਸਦਨ ਕੋ ਗੁਰ ਤਿਸ ਬੇਰੇ ਜੈ ਜੈਕਾਰ ਦੀ ਜਿਹੜੀ ਆਵਾਜ਼ ਹੈ ਉਹ ਚਾਰੇ ਪਾਸਿਓਂ ਆ ਰਹੀ ਹੈ ਇਸੇ ਤਰ੍ਹਾਂ ਚਲਦਿਆਂ ਹੋਇਆਂ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਘਰ ਦੇ ਅੰਦਰ ਪ੍ਰਵੇਸ਼ ਕੀਤਾ ਦੇਗ ਵਿਸਾਲ ਹੋਤ ਗੁਰ ਕੇਰੀ ਕਰੇ ਤਿਆਰ ਨਿਸ ਦਿਵਸ ਕਨੇਰੀ ਗ੍ਰੰਥਾਕਾਰ ਪਾਇ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਤੇ ਦਿਨ ਗੁਰੂ ਕੇ ਲੰਗਰ ਦੀ ਜਿਹੜੀ ਦੇਗ ਹੈ ਨਾ ਉਹ ਮਾਨੋ ਕੇ ਵੱਡੀ ਹੀ ਰੋਜ਼ ਤਿਆਰ ਹੋਇਆ ਕਰਦੀ ਸੀ ਲੋਕ ਅਨੇਕ ਸੋਇਆ ਚ ਆਹਾਰਾ ਨਹੀਂ ਪਈਤ ਕਿਸ ਸਮੈ シュਮਾਰਾ ਅਨੇਕਾਂ ਹੀ ਜਰੇ ਲੋਕ ਨੇ ਉਹ ਮਾਨੋ ਕੇ ਹਾਰ ਲੈ ਕੇ ਭੋਜਨ ਲੈ ਕੇ ਲੰਗਰ ਦੇ ਵਿੱਚੋਂ ਛਕਦੇ ਸਨ ਕਿਸੇ ਵੀ ਗੱਲ ਦਾ ਕਵੀ ਜੀ ਕਹਿੰਦੇ ਨੇ ਕਿ ਕੋਈ ਪਾਰਾ ਵਾਰ ਨਹੀਂ ਸੀ シュਮਾਰ ਨਹੀਂ ਸੀ ਹੁੰਦਾ ਬੇਸ਼ਵਾਰ ਤਿੰਨ ਦਿਨ ਸਮੇਲਾ ਬੜ ਰਿਓ ਭਾਉ ਸਹਤ ਗੁਰ ਦਰਸ਼ਨ ਲਹਿਓ ਇਸ ਤਰੀਕੇ ਦੇ ਨਾਲ ਮੰਨੋ ਕਿ ਤਿੰਨ ਦਿਨਾ ਤੱਕ ਵਸਾਖੀ ਦੇ ਮੇਲੇ ਨੂੰ ਮਨਾਇਆ ਗਿਆ ਭਾਉ ਦੇ ਨਾਲ ਪ੍ਰੇਮ ਦੇ ਨਾਲ ਸਾਰਿਆਂ ਨੇ ਰੱਜ ਰੱਜ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਦੇ ਦੇ ਸਿਰ ਪਾਓ ਗੁਰ ਫੇਰ ਕਰੇ ਬਸਰਜਣ ਜਿੱਤ ਕਿਤ ਕੇਰ ਮੇਲੇ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ਰੋਮਣੀ ਸਿੱਖਾਂ ਨੂੰ ਬੜੇ ਕੀਮਤੀ ਸਰੂਪੇ ਬਖਸ਼ਿਸ਼ ਕੀਤੇ ਤੇ ਸਾਰਿਆਂ ਨੂੰ ਵਿਦਾ ਕੀਤਾ ਚੌਂਦਿਸ਼ ਕੇ ਪ੍ਰਸਥਾਨ ਪ੍ਰਸਥਾਨੇ ਗੌਰਜਸ ਕਰਤੇ ਜਾਤ ਮਹਾਨੇ ਚਾਰੇ ਪਾਸਿਓਂ ਜਿੰਨੇ ਵੀ ਸਿੱਖ ਆਏ ਹੋਏ ਸਨ ਉਹਨਾਂ ਸਾਰਿਆਂ ਨੇ ਵਾਪਸ ਪ੍ਰਸਥਾਨ ਕੀਤਾ ਹੈ ਜਿੱਥੇ-ਜਿੱਥੇ ਵੀ ਗਏ ਨੇ ਸਤਿਗੁਰਾਂ ਦੇ ਜਸ ਨੂੰ ਜਾ ਕੇ ਬਿਆਨ ਕੀਤਾ। ਤਾਂ ਗਏ ਸੋਦਾ ਸਰ ਕੋ ਨਰਕੇ ਮੱਜਣ ਕਰਤ ਪਾਏ ਤਹੈ ਤੇਈ ਕਈ ਜਨੇ ਸਿੱਖ ਨੇ ਉਹ ਮਾਨੋ ਕੇ ਡਰੋਲੀ ਤੋਂ ਬਾਅਦ ਅੰਮ੍ਰਿਤ ਸਰ ਦੇ ਵਿੱਚ ਪਹੁੰਚੇ ਨੇ ਤੇ ਜਾ ਕੇ ਮਾਨੋ ਕੇ ਸਰੋਵਰ ਦੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ। ਬੁੱਢੇ ਅਰ ਗੁਰਦਾਸ ਜੀ ਆਦ ਬੂਜਤ ਸੋਧ ਕਰ ਕਰ ਗੁਰ ਯਾਦ ਹੁਣ ਅੰਮ੍ਰਿਤਸਰ ਦੇ ਵਿੱਚ ਬਾਬਾ ਬੁੰਡਾ ਜੀ ਭਾਈ ਗੁਰਦਾਸ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਕੇ ਟਿਕੇ ਹੋਏ ਸਨ ਹੋਰ ਵੀ ਬਹੁਤ ਸਾਰੀ ਸੰਗਤ ਅੰਮ੍ਰਿਤਸਰ ਦੇ ਵਿੱਚ ਟਿਕੀ ਹੋਈ ਸੀ ਹੁਣ ਜਿਹੜੇ ਇੱਥੋਂ ਦਰਸ਼ਨ ਕਰਕੇ ਵਿਸਾਖੀ ਦੇ ਮੇਲੇ ਦੇ ਵਿੱਚੋਂ ਮੁੜੇ ਨੇ ਉਹਨਾਂ ਤੋਂ ਮੰਨੋ ਕਿ ਭਾਈ ਗੁਰਦਾਸ ਜੀ ਹਰ ਬਾਬਾ ਬੁਰਦਾ ਜੀ ਸਤਿਗੁਰਾਂ ਦੇ ਵਾਸਤੇ ਬਚਨ ਪੁੱਛਦੇ ਨੇ। ਜਹਾਂ ਦਰਸ ਕਬ ਨਿਜ ਘਰ ਆਵੇਂ ਚੰਦ ਬदन ਸੁੰਦਰ ਦਰਸਾਵੇਂ ਭਾਵੇਂ ਕਿ ਇੱਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰਾਮੋ ਦੀ ਤੇ ਸਾਈਂ ਧਾਸ ਦੀ ਭਾਵਨਾ ਨੂੰ ਪੂਰਨ ਕਰਨ ਦੇ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਟਿਕੇ ਹੋਏ ਨੇ ਪਰ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਮੰਨੋ ਕਿ ਸਿੱਖ ਸੇਵਕ ਸਤਿਗੁਰਾਂ ਨੂੰ ਯਾਦ ਕਰ ਰਹੇ ਨੇ। ਚੰਦ ਬਦਨ ਸੁੰਦਰ ਦਰਸਾਵੇਂ ਉਹਨਾਂ ਦੀ ਵੀ ਇਸ ਤਰ੍ਹਾਂ ਦੀ ਮੰਗ ਹੈ ਕਿ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਚੰਦਰਮਾ ਵਰਗਾ ਜਿਹੜਾ ਮੁਖੜਾ ਇਹਨਾਂ ਉਹ ਸਾਨੂੰ ਦਿਖਾਉਣਗੇ ਭਾਵ ਕਿ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਆਉਣਗੇ ਉਹ ਵੀ ਮੰਨੋ ਕਿ ਇਸ ਤਰ੍ਹਾਂ ਦੀ ਉਡੀਕ ਕਰ ਰਹੇ ਚੋਖਾ ਚਿਰ ਬਤੀਤ ਹੋ ਗਿਆ ਹੈ ਸੀ ਸਤਿਗੁਰੂ ਡਰੋਲਿਓ ਆਏ ਨਹੀਂ ਜਾਣ ਲੱਗੀਆਂ ਸੰਗਤਾਂ ਉਧਰ ਹੀ ਅਮਰਤ ਸਰ ਕੋਈ ਸਿੱਖ ਟਿਕਾਏ ਨਹੀਂ ਲੱਗੇ ਦਰਸ਼ਨ ਦੀ ਪਿਆਸ ਮਣਾ ਅੰਦਰ ਸਤਿਗੁਰੂ ਆਦਰਸ਼ ਦਿਖਾਏ ਨਹੀਂ ਹੋਏ ਸਿੱਖ ਉਦਾਸ ਕਰਤਾਰ ਸਿੰਘਾ ਸਤਿਗੁਰੂ ਮੋਹਾਰ ਪਵਾਏ ਨਹੀਂ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਹੁਣ ਸੰਗਤਾਂ ਵੀ ਉਧਰ ਹੀ ਜਾਂਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਵੀ ਘਾਟੀ ਆਉਂਦੀਆਂ ਨੇ ਤੇ ਦੂਸਰੇ ਪਾਸੇ ਬੜੇ ਉਦਾਸ ਹੋ ਗਏ ਨੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਸਿੱਖ ਬਾਬਾ ਬੁੰਡਾ ਜੀ ਤੇ ਭਾਈ ਗੁਰਦਾਸ ਵਰਗੇ ਜਿਨ੍ਹਾਂ ਨੂੰ ਮੰਨੋ ਕਿ ਬਹੁਤ ਜ਼ਰ ਹੋ ਗਿਆ ਸਤਿਗੁਰਾਂ ਦਾ ਦਰਸ਼ਨ ਨਸੀਬ ਹੀ ਨਹੀਂ ਹੋਇਆ ਕਿਉਂਕਿ ਵਾਪਸ ਆਏ ਨਹੀਂ ਸਬਹਿਨ ਬ੍ਰਿਧ ਸੋ ਕੀਨ ਬਖਾਨੀ ਲਿਖੋ ਅਖਲ ਕੀ ਬਿਨ ਮਹਾਣੀ ਇੱਕ ਦਿਨ ਬਹੁਤਿਆਂ ਸਾਰਿਆਂ ਸਿੱਖਾਂ ਨੇ ਬਾਬਾ ਬੁੱਢਾ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਹੈ ਕਿ ਇਹ ਬਾਬਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਇੱਕ ਚਿੱਠੀ ਲਿਖੋ ਜਿਸ ਚਿੱਠੀ ਦੇ ਵਿੱਚ ਸਾਰਾ ਹਾਲ ਬਿਆਨ ਕਰੋ। ਅਬਿਲਾਖਤ ਹੈ ਦਰਸ ਤੁਮਾਰਾ ਲਗ ਰਿਓ ਮਣ ਤੋ ਹਮਾਰਾ ਬਾਬਾ ਜੀ ਲਿਖੋ ਕਿ ਸਾਰੇ ਤੁਹਾਡੇ ਦਰਸ਼ਨਾਂ ਨੂੰ ਲੋੜ ਦੇ ਨੇ। ਇਸ ਕਰਕੇ ਸਾਡਾ ਸਾਰਿਆਂ ਦਾ ਜਿਹੜਾ ਮਨ ਹੈ ਨਾ ਉਹ ਤੁਹਾਡੇ ਚਰਨਾਂ ਦੇ ਵੱਲ ਲੱਗਾ ਹੋਇਆ ਆਇ ਇਸ ਬਿਨਾ ਨਾ ਆਏ ਸਕੇ ਹਨ ਚਿਤ ਚਾਹਤ ਹੀ ਦਿਵਸ ਬਿਤੇ ਹਨ ਤੁਹਾਡੇ ਹੁਕਮ ਤੋਂ ਬਗੈਰ ਅਸੀਂ ਤੁਹਾਡੇ ਕੋਲ ਆ ਨਹੀਂ ਸਕਦੇ ਪਰ ਚਿਤ ਹਮੇਸ਼ਾ ਤੁਹਾਡੇ ਦਰਸ਼ਨਾਂ ਨੂੰ ਚਾਹੁੰਦਾ ਹੈ ਇਸੇ ਤਰ੍ਹਾਂ ਸਾਡੇ ਦਿਨ ਬਤੀਤ ਹੁੰਦੇ ਸਾਧਨ ਪ੍ਰਵੇਸ਼ੋ ਆਣ ਗੁਸਾਈ ਤਹਾਂ ਬਸਨ ਕੈਸੇ ਮਨ ਪਾਈ ਜਦੋਂ ਇਸ ਤਰ੍ਹਾਂ ਦੀ ਸਾਰਿਆਂ ਨੇ ਬੇਨਤੀ ਕੀਤੀ ਤੇ ਫਿਰ ਬਾਬਾ ਬੁੱਢਾ ਜੀ ਨੇ ਸਤਗੁਰਾਂ ਦੇ ਵੱਲ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਲਿਖਿਆ ਹੈ ਸਦਨ ਪ੍ਰਵੇਸ਼ੋ ਆਣ ਗੁਸਾਈ ਹੈ ਮਾਲਕ ਜੀ ਆਪਣੇ ਘਰ ਦੇ ਵਿੱਚ ਆਣ ਕੇ ਪ੍ਰਵੇਸ਼ ਕਰੋ ਤਹਾਂ ਬਸਨ ਕੈਸੇ ਮਨ ਪਾਈ ਉਥੇ ਦੂਰ ਰਹਿਣਾ ਤੁਹਾਨੂੰ ਕਿਵੇਂ ਚੰਗਾ ਲੱਗਦਾ ਪੇਤਾ ਪੇਤਾ ਸਬੰਦੀ ਥਾਨ तीर्थ सतगुरु कीन महान ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਔਰ ਹੋਰ ਜਿਹੜੇ ਸੰਬੰਧੀ ਨੇ ਉਹ ਮੰਨੋ ਕਿ ਇਸੇ ਜਗ੍ਹਾ ਦੇ ਉੱਤੇ ਰਹੇ ਨੇ ਔਰ ਇਸ ਜਗ੍ਹਾ ਨੂੰ ਮੰਨੋ ਕਿ ਵੱਡਾ তীર્થ ਉਹਨਾਂ ਨੇ ਰਚਿਆ ਕਿੰਮ ਬੇਸਾਰ ਨੂੰ ਬਣੇ ਸੋ ਐਸੇ ਬਸੋ ਆਪ ਪਿਦ ਦਾਦਾ ਜੈਸੇ ਕਿਸ ਤਰ੍ਹਾਂ ਇਸ ਜਗ੍ਹਾ ਨੂੰ ਵਿਸਾਰ ਕੇ ਤੁਹਾਨੂੰ ਦੂਰ ਰਹਿਣਾ ਚੰਗਾ ਲੱਗਦਾ ਹੈ ਮੰਨੋ ਕਿ ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰਹਿ ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰਹਿ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਇੱਥੇ ਹੀ ਨਿਵਾਸ ਕਰੋ ਇਤਿਆਦ ਕਬਰੇਦ ਲਿਖਿਓ ਕਨੇਰੇ ਸਿੱਖ ਗੁਰਦਾਸ ਯਾਦ ਕਰਨ ਪ੍ਰੇਰੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖਾਂ ਸੇਵਕਾਂ ਨੇ ਭਾਈ ਗੁਰਦਾਸ ਵਰਗਿਆਂ ਨੇ ਬਾਬਾ ਬੁੱਢਾ ਜੀ ਨੂੰ ਪ੍ਰੇਰਿਆ ਤੇ ਫਿਰ ਮਾਨੋ ਕਿ ਇਸ ਤਰ੍ਹਾਂ ਦੀਆਂ ਗੱਲਾਂ ਚਿੱਠੀ ਦੇ ਵਿੱਚ ਬਾਬਾ ਬੁੱਢਾ ਜੀ ਨੇ ਲਿਖੀਆਂ। ਪਾਠਿਓ ਸੇਖ ਚਲ ਤੂਰ ਨ ਆਇਓ ਸਿਰ ਸਤਗੁਰ ਕੋ ਦਰਸ਼ਨ ਪਾਇਓ ਚਿੱਠੀ ਲਿਖ ਕੇ ਇੱਕ ਸਿੱਖ ਦੇ ਹੱਥ ਫੜਾਈ ਹੈ ਔਰ ਉਹ ਚਿੱਠੀ ਨੂੰ ਲੈ ਕੇ ਬੜੀ ਕਾਲੀ ਦੇ ਨਾਲ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ ਆਣ ਕੇ ਸਤਗੁਰਾਂ ਦਾ ਦਰਸ਼ਨ ਕੀਤਾ। ਕਰਵੰਦਨ ਕੋ ਬਿਨਯੋਚਾਰੇ ਤਰ ਦੇਨ ਸ ਅਰਦਾਸ ਅਗਾਰੇ ਹੱਥ ਜੋੜ ਕੇ ਸਿੱਖ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਸੰਗਤ ਨੇ ਤੁਹਾਡੇ ਵੱਲ ਚਿੱਠੀ ਲਿਖੀ ਹੈ ਇਹਨਾਂ ਕਹਿ ਕੇ ਉਸ ਨੇ ਸਤਗੁਰਾਂ ਦੇ ਅੱਗੇ ਓਜਰੇ ਅਰਦਾਸ ਰੂਪੇ ਚਿੱਠੀ ਸੇ ਰੱਖ ਦਿੱਤੀ ਸਭ ਕੀ ਕੁਸ਼ਲ ਬੋਜ ਤੇ ਸੰਗ ਪੁਣ ਕਾਗਦ ਲੈ ਪਠਿਓ ਪ੍ਰਸੰਗ ਸਿੱਖ ਦੇ ਸੁਖ-ਸਾਂ ਦੀ ਖਬਰ ਪੁੱਛ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਨੂੰ ਖੋਲਿਆ ਤੇ ਪੜ੍ਹਿਆ ਜਾਨ ਬਿਨ ਨਿਜ ਸਿੱਖਣ ਕੇਰੀ ਕਰੇ ਗਮਣ ਕੀ ਮਤ ਤਿਸ 베ਰੀ ਚਿੱਠੀ ਨੂੰ ਪੜ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੋ ਕੇ ਸੰਗਤ ਦੀ ਦਸ਼ਾ ਤੋਂ ਜਾਣੂ ਹੋਏ ਨੇ ਤੇ ਫਿਰ ਸਤਿਗੁਰਾਂ ਨੇ ਮਨੋ ਕੇ ਵਾਪਸ ਜਾਣ ਦਾ ਜਰਾ ਮਤ ਹੈ ਨਾ ਉਹ ਬਣਾ ਲਿਆ ਬਹੁਰ ਪਠਿਓ ਕਾਗਦ ਲਿਖਵਾਏ ਬਿਨਾ ਬਿਲਾੰਬ ਆਏ ਸਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਇੱਕ ਚਿੱਠੀ ਲਿਖੀ ਹੈ ਕਿ ਦੇਰੀ ਤੋਂ ਬਗੈਰ ਅਸੀਂ ਅੰਮ੍ਰਿਤਸਰ ਦੇ ਵਿੱਚ ਪਹੁੰਚਾਂਗੇ ਸਰਬ ਕਾਜ ਇਤਕੇ ਹੋਏ ਗਏ ਪੂਰ ਮਨੋਰਥ ਸਿਖਣ ਕੈ ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਇੱਥੋਂ ਵਾਲੇ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੋ ਗਏ ਨੇ ਸਾਰਿਆਂ ਦੇ ਮਨੋਰਥਾਂ ਨੂੰ ਅਸੀਂ ਪੂਰਿਆਂ ਕਰ ਦਿੱਤਾ ਹੈ। ਸਤਗੁਰ ਸ਼ਬਦ ਪਠੋ ਪਠ ਪ੍ਰੇਮ ਜੋ ਦਾਤਾ ਦੁਹ ਲੇਕਣ ਛੇਮ ਇਸ ਤੋਂ ਇਲਾਵਾ ਸਤਗੁਰਾਂ ਨੇ ਚਿੱਠੀ ਦੇ ਵਿੱਚ ਇਹ ਵਚਨ ਲਿਖਿਆ ਹੈ ਕਿ ਸਤਗੁਰੂ ਦੇ ਸ਼ਬਦਾਂ ਨੂੰ ਪ੍ਰੇਮ ਦੇ ਨਾਲ ਪੜੋ ਜਿਹੜੇ ਸ਼ਬਦ ਮੰਨੋ ਕਿ ਦੋਹਾਂ ਲੋਕਾਂ ਦੇ ਵਿੱਚ ਸੁਖ ਦੇਣ ਵਾਲੇ। ਲੇ ਗੁਰ ਤੇ ਗਮਣਿਓ ਸਿਖ ਸੋਈ ਜਾਏ ਪਹੁੰਚੋ ਪੁਰਸੁਦ ਹੋਈ ਚਿੱਠੀ ਨੂੰ ਲੈ ਕੇ ਵਾਪਸ ਅੰਮ੍ਰਿਤਸਰ ਦੇ ਵਿੱਚ ਸਿੱਖ ਪਹੁੰਚਿਆ ਹੈ ਤੇ ਅੰਮ੍ਰਿਤਸਰ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਖਬਰ ਮਿਲੀ ਸੁਣਿਓ ਹੁਕਮਨਾਮਾ ਗੁਰਕੇਰਾ ਸਭ ਕੇ ਹਰਖ ਭਇਓ ਤਿਸਵੇਰਾ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਨੂੰ ਸਾਰਿਆਂ ਨੇ ਸੁਣਿਆ ਤੇ ਸਾਰਿਆਂ ਦੇ ਮਨ ਦੇ ਵਿੱਚ ਬਧੇਰੇ ਖੁਸ਼ੀ ਹੋਈ ਬਹੋਰ ਬਰੇਦ ਨੇ ਸਭ ਸੋ ਪਾਖਾ ਤੁਰਤ ਦਰਸ ਗੁਰ ਦੇ ਅਭਿ ਲਖਾ ਇਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਹੈ ਤੁਰਤ ਦਰਸ ਗੁਰ ਦੇ ਅਭਿ ਲਖਾ ਜਿਹੜੀ ਸਾਡੇ ਮਨ ਦੇ ਵਿੱਚ ਇੱਛਾ ਹੈ ਸਤਿਗੁਰੂ ਜੀ ਦਰਸ਼ਨ ਦੇਣ ਉਹ ਛੇਤੀ ਹੀ ਸਤਿਗੁਰੂ ਜੀ ਆਣ ਕੇ ਦਰਸ਼ਨ ਦੇਣਗੇ ਪ੍ਰੇਮ ਸੰਗ ਰਹਿ ਰਾਸ ਪਿਛੇਰੇ ਮਿਲੋ ਸਿੱਖ ਤਬ ਹੋਏ ਹਨੇਰੇ ਬਾਬਾ ਬੁੱਢਾ ਜੀ ਨੇ ਆਖਿਆ ਕਿ ਪ੍ਰੇਮ ਦੇ ਸਮੇਤ ਰਹਿਰਾਸ ਦੇ ਪਾੜ ਦੇ ਪਿੱਛੋਂ ਸਾਰੇ ਦੇ ਸਾਰੇ ਸਿੱਖ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਣ ਸਣੇ ਸਣੇ ਪਰ ਦਸ਼ਨਾ ਕਰੀਏ ਪ੍ਰੇਮ ਸੰਗ ਗੁਰ ਸ਼ਬਦ ਉਚਾਰੀਏ ਤੇ ਹੌਲੀ ਹੌਲੀ ਪ੍ਰੇਮ ਦੇ ਨਾਲ ਪਰਦਖਣਾ ਕਰਕੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਸ਼ਬਦਾਂ ਨੂੰ ਉਚਾਰਨ ਕਰੀਏ ਹਾਲਤ ਪਲਤ ਨਿਜ ਭਾਲੋ ਵਿਚਾਰੀਏ ਹੁਕਮ ਗੁਰੂ ਆयो ਮਨ ਤਰੀਏ ਬਾਬਾ ਬੁੱਢਾ ਜੀ ਨੇ ਆਖਿਆ ਕਿ ਸਤਗੁਰਾਂ ਨੇ ਆਪਣੇ ਹੁਕਮਨਾਮੇ ਦੇ ਵਿੱਚ ਲਿਖਿਆ ਹੈ ਕਿ ਗੁਰੂ ਦੇ ਸ਼ਬਦਾਂ ਨੂੰ ਪੜੋ ਇਸ ਕਰਕੇ ਸਾਡਾ ਹਾਲਤ ਦਾ ਤੇ ਪਲਤ ਦਾ ਭਲਾ ਹੋਵੇਗਾ ਹੁਕਮ ਗੁਰੂ ਦਾ ਇਸ ਤਰ੍ਹਾਂ ਆਇਆ ਹੈ ਇਸ ਤਰ੍ਹਾਂ ਸਾਨੂੰ ਸ਼ਬਦਾਂ ਦਾ ਪਾਠ ਕਰਨਾ ਚਾਹੀਦਾ ਪ੍ਰੇਮ ਬਸੇ ਹੈ ਸਹਜ ਸੁਭਾਇਕ ਆਏ ਦਰਸ ਦੇ ਸਭ ਸੁਖ ਦਾਇਕ ਪ੍ਰੇਮ ਦੇ ਵਸਤੇ ਵਿੱਚ ਸਹਜ ਸੁਭਾ ਸਤਿਗੁਰੂ ਜੀ ਰਹਿੰਦੇ ਨੇ ਆਣ ਕੇ ਸਤਿਗੁਰੂ ਜੀ ਦਰਸ਼ਨ ਦੇਣਗੇ ਜੋ ਸੁਖਾਂ ਦਾ ਮੂਲ ਨੇ ਸੁਣਤ ਬ੍ਰੇਦ ਤੇ ਸਿੱਖਣ ਮਾਨ ਸੰਦਿਆ ਵਿਖੇ ਮੇਲ ਵੱਡ ਠਾਨਾ ਇਸ ਤਰ੍ਹਾਂ ਦਾ ਹੁਕਮ ਬਾਬਾ ਬੁੱਢਾ ਜੀ ਨੇ ਸਾਰੀਆਂ ਸੰਗਤਾਂ ਨੂੰ ਕੀਤਾ ਹੈ ਗ੍ਰੰਥਾਕਾਰ ਭਏ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਸ਼ਾਮਾਂ ਦੇ ਵੇਲੇ ਬਹੁਤ ਸਾਰਾ ਸੰਗਤ ਦਾ ਇਕੱਠ ਹੋਇਆ ਸੁਦਾ ਸਰੋਵਰ ਕੇ ਚੌਂ ਫੇਰੇ ਫਿਰਤ ਪੜਤ ਕਰ ਪ੍ਰੇਮ ਕਨੇਰੇ ਸੁਦਾ ਸਰੋਵਰ ਦੇ ਚਾਰ ਫੇਰੇ ਫਿਰ ਫਿਰ ਕੇ ਬਹੁਤ ਸਾਰੇ ਸਿੱਖ ਸੇਵਕ ਪ੍ਰੇਮ ਦੇ ਨਾਲ ਪਾਠ ਕਰਨ ਲੱਗੇ ਕਰੇ ਤਹਲ ਆਪਸ ਵਿੱਚ ਸਾਰੇ ਚਾਂਪੀ ਕਰਤੇ ਪਉਣ ਚੁਲਾਰੇ ਇਸ ਤਲਾਵਾ ਇੱਕ ਦੂਜੇ ਦੀ ਸੇਵਾ ਕਰਦੇ ਨੇ ਕੋਈ ਮਾਨੋ ਕੇ ਕਿਸੇ ਦੇ ਚਰਨਾਂ ਨੂੰ ਕੁੱਟਦਾ ਹੈ ਤੇ ਕੋਈ ਗਰਮੀ ਦੇ ਕਾਰਨ ਦੂਸਰੇ ਨੂੰ ਪੱਖਾ ਚਲਦਾ ਚਾਰ ਘਟਿਨ ਇਸ ਬੀਤੇ ਜਵਲ ਗੁਰ ਕੇ ਸ਼ਬਦ ਉਚਾਰਾਂ ਤਵਲੋ ਚਾਰ ਘੜੀਆਂ ਤੱਕ ਜਦੋਂ ਰਾਤ ਬਦੀਤ ਹੋ ਜਾਂਦੀ ਹੈ ਉਨਾ ਚਿਰ ਤੱਕ ਮੰਨੋ ਕਿ ਗੁਰੂ ਦੇ ਸ਼ਬਦਾਂ ਦਾ ਉਚਾਰਨ ਹੁੰਦਾ ਰਹਿੰਦਾ ਭੋਗ ਪਾਏ ਅਰਦਾਸ ਕਰੰਤੇ ਆਏ ਦਰਸ ਦਿਓ ਬਚਿਓ ਚਰੰਤੇ ਫਿਰ ਭੋਗ ਪਾਇਆ ਜਾਂਦਾ ਸੀ ਸ਼ਬਦਾਂ ਦਾ ਅਰਦਾਸ ਕੀਤੀ ਜਾਂਦੀ ਸੀ ਜਿਸ ਅਰਦਾਸ ਦੇ ਵਿੱਚ ਇਹ ਮੰਗ ਕੀਤੀ ਜਾਂਦੀ ਸੀ ਆਏ ਦਰਸ ਦਿਓ ਬਚਿਓ ਚਰੰਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਓ ਤੇ ਦਰਸ਼ਨ ਦਿਓ ਇਸ ਰੀਤੀ ਨੂੰ ਮੰਨੋ ਕਿ ਇੱਕ ਚੌਂਕੀ ਬਿਆਨ ਕੀਤਾ ਗਿਆ ਹੈ ਇਤਿਹਾਸਕਾਰਾਂ ਨੇ ਚੌਂਕੀ ਲਿਖੀ ਹੈ ਜਿੰਨੂ ਕਿ ਮੰਨੋ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤਾ ਉਸ ਵੇਲੇ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇੰਜ ਬਿਆਨ ਕੀਤਾ ਰਹਿ ਰਾਸ ਦੇ ਪਿੱਛੋਂ ਉਦਾਸੀ ਜਿਹੀ ਬਿਨਾਂ ਲੱਗ ਦੇ ਗੁਰੂ ਦਾ ਤਾਰ ਪਾਈ ਬਾਬੇ ਬੁੱਢੇ ਜੀ ਨੇ ਪਰਚਾ ਸ਼ੁਰੂ ਕੀਤਾ ਇੱਕ ਪੰਥ ਦੋ ਕਾਜ ਵਿਚਾਰ ਪਾਈ ਨਾਲੇ ਭਜਨ ਕਰਤਾਰ ਦਾ ਰਹੇ ਹੁੰਦਾ ਨਾਲੇ ਰੌਣਕ ਰਹੇ ਦਰਬਾਰ ਪਾਈ ਰਹਿ ਰਾਸ ਪਿੱਛੋਂ ਜਿੰਨੀ ਹੋਏ ਸੰਗਤ ਦੋ ਟੋਲਿਆਂ ਵਿੱਚ ਸਵਾਰ ਪਾਈ ਅੱਗੇ ਬਾਬਾ ਜੀ ਮੁਖ ਤੋਂ ਪੜਨ ਬਾਣੀ ਪਿਛੇ ਪੜਨ ਸਾਰੇ ਨਰ ਨਾਰ ਪਾਈ ਪਹਿਲਾ ਵੱਡੀ ਪ੍ਰਕਰਮਾ ਕਰ ਸਾਰੇ ਲੰਗ ਡਿਉੜਿਓ ਕਰਨ ਦਿਦਾਰ ਪਾਈ ਫਿਰ ਸ੍ਰੀ ਹਰਮੰਦਰ ਦੇ ਗਿਰਦ ਫਿਰਦੇ ਬਾਣੀ ਮੁਖ ਤੋਂ ਕਰਨ ਯੋਚਾਰ ਪਾਈ ਅੱਧ ਪਹਿਰ ਗਈ ਰਾਤ ਕਰਤਾਰ ਸਿੰਘਾਂ ਪੈਂਦਾ ਭੋਗ ਅਰਦਾਸ ਕਰਸਾਰ ਪਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਨਵੀਂ ਹੀ ਇੱਕ ਬਾਬਾ ਬੁੱਢਾ ਜੀ ਨੇ ਮਰਯਾਦਾ ਤੋਰੀ ਹੈ ਕਿ ਰੈ ਰਾਸ ਦੇ ਭੋਗ ਤੋਂ ਬਾਅਦ ਇਸ ਤਰ੍ਹਾਂ ਕੀਤਾ ਜਾਂਦਾ ਜਿਸ ਤਰ੍ਹਾਂ ਮੈਂ ਕਵਤਾ ਦੇ ਵਿੱਚ ਬਿਆਨ ਕੀਤਾ ਹੁਣ ਪਤਾ ਨਹੀਂ ਉਥੋਂ ਦੀ ਕਿਸ ਤਰ੍ਹਾਂ ਦੀ ਮਰਯਾਦਾ ਹੈ ਪਰ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਮਰਯਾਦਾ ਨੂੰ ਅੱਗੇ ਵੀ ਬਿਆਨ ਕੀਤਾ ਕਿ ਕੀ ਕੁਝ ਉਸ ਤੋਂ ਬਾਅਦ ਹੁੰਦਾ ਹੈ ਬਾਬੇ ਬੁੱਢੇ ਚਲਾਈਏ ਰੀਤ ਸੁਣੀ ਹੁਣ ਟੋੜੀ ਹੋਵੇ ਚਲੀ ਆਏ ਵੀਰੋ ਪਰ ਸਮੇ ਨੇ ਇਸ ਦੇ ਵਿੱਚ ਆਪੀ ਆ ਕਈ ਨੁਕਸ ਦਿੱਤੇ ਵੱਡੇ ਪਾਏ ਵੀਰੋ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਅਜੇ ਵੀ ਮੰਨੋ ਕੇਜਰੀ ਰੀਤੀ ਹੈ ਨਾ ਇਹ ਚੱਲਦੀ ਹੈ ਪਰ ਕਵੀ ਜੀ ਲਿਖਦੇ ਨੇ ਕਿ ਸਮੇਂ ਦੇ ਬਦਲਣ ਦੇ ਨਾਲ ਇਸ ਰੀਤੀ ਦੇ ਵਿੱਚ ਵੱਡੇ ਵੱਡੇ ਕਈ ਵਿਗਾੜ ਪੈਦਾ ਹੋ ਗਏ ਚੌਂਕੀ ਵਿੱਚ ਮਹੰਤਿਆ ਵੜ ਬੈਠੇ ਹੰਕਾਰ ਲੈ ਪੈਰ ਟਿਕਾਏ ਵੀਰੋ ਇਸ ਚੌਂਕੀ ਦਾ ਜਿਹੜਾ ਮਹੰਤ ਬਣਦਾ ਖੁੱਲੇ ਆਪ ਨੂੰ ਮਥੇ ਟਿਕਾਏ ਵੀਰੋ ਉਸ ਵੇਲੇ ਬਾਬਾ ਬੁੱਢਾ ਜੀ ਮੰਨੋ ਕਿ ਸਾਰਿਆਂ ਦੇ ਮੋਰੀ ਬਣਦੇ ਸਨ ਅੱਗੇ ਅੱਗੇ ਸ਼ਬਦ ਪੜ੍ਹਦੇ ਸਨ ਸੰਗਤਾਂ ਪਿੱਛੇ ਸ਼ਬਦ ਪੜ੍ਹਦੇ ਆਂ ਸਨ ਪਰ ਕਵੀ ਜੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਹੰਤੇ ਆਣ ਕੇ ਵੜ ਗਏ ਇੱਕ ਆਗੂ ਬਣ ਜਾਂਦਾ ਜਿਹੜਾ ਖੁੱਲੇ ਰੂਪ ਦੇ ਵਿੱਚ ਸੰਗਤਾਂ ਤੋਂ ਮੱਥੇ ਟਿਕਾਉਂਦਾ ਪੋਲੇ ਉੱਤੇ ਹਜ਼ੂਰ ਦੇ ਸਾਹਮਣੇ ਜੀ ਪੈਰ ਆਪਣੇ ਖੜਾ ਪੁਜਵਾਏ ਵੀਰੋ ਉਸ ਵਕਤ ਪ੍ਰਸ਼ਾਦ ਦਾ ਥਾਲਿ ਆਉਂਦਾ ਅੰਦਰ ਭੇਟ ਨਾ ਕੋਈ ਕਰਾਏ ਵੀਰੋ ਓ ਮਹੰਤ ਹੀ ਵੰਡ ਕੇ ਖਾ ਛਡਣ ਦਿੱਤੀ ਵੱਡੀ ਕੁਰਿਤ ਚਲਾਏ ਵੀਰੋ ਗੁਰੂ ਘਰ ਅੰਦਰ ਆਦ ਗ੍ਰੰਥ ਬਿਨਾ ਪੂਜਾ ਕਿਸੇ ਦੀ ਨਹੀਂ ਸੁਹਾਏ ਵੀਰੋ ਦੁਤਿਆ ਨਾਸ ਹੈ ਏਤ ਕਰੇ ਪਾਈ ਦੁਤਿਆ ਨਾਸਤ ਏਤ ਕਰ ਏ ਭਾਈ ਗੁਰਦਾਸ ਸੁਣਾਏ ਵੀਰੋ ਸ਼ਹਿਨशाह ਦੇ ਸਾਵੇਂ ਕਰਤਾਰ ਸਿੰਘਾਂ ਨਜ਼ਰਾਂ ਲਏ ਸੋ ਬਾਗੀ ਅਖਵਾਏ ਵੀਰੋ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਬਾਬਾ ਬੁੱਢਾ ਜੀ ਤੋਂ ਬਾਅਦ ਇਹ ਰੀਤੀ ਬਦਲ ਗਈ ਜਿਹਦੇ ਵਿੱਚ ਵਿਗਾੜ ਪੈਦਾ ਹੋ ਗਿਆ ਕਿ ਜਿਹੜਾ ਮੋਰੀ ਬਣਦਾ ਸੀ ਉਹ ਮੰਨੋ ਕਿ ਹਜੂਰ ਹਰ ਮੰਦਰ ਦੇ ਜਿਹੜਾ ਵੀ ਪ੍ਰਸ਼ਾਦ ਅਰਪਣ ਹੁੰਦਾ ਸੀ ਉਸੇ ਮਹੰਤ ਨੂੰ ਦਿੱਤਾ ਜਾਂਦਾ ਸੀ ਅੱਗੇ ਅਰਪਣ ਨਹੀਂ ਸੀ ਕੀਤਾ ਜਾਂਦਾ ਤੇ ਉੱਥੇ ਹੀ ਵਰਤਾ ਦਿੱਤਾ ਜਾਂਦਾ ਸੀ ਮਨੋ ਕਿਸ ਤਰ੍ਹਾਂ ਦੀ ਰੀਤ ਹੈ ਦੱਸੀ ਹੈ ਇਸ ਦੇ ਬਾਰੇ ਸੰਪਾਦਕ ਨੇ ਇੱਕ ਟੋਕ ਦਿੱਤੇ ਸੰਪਾਦਕ ਜੀ ਲਿਖਦੇ ਨੇ ਕਿ ਗੁਰਸਿੱਖੀ ਦੀ ਰੀਤ ਹੈ ਕਿ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਓ ਇਹ ਗੁਰਬਾਣੀ ਦਾ ਮਹਾਵਾਕ ਹੈ ਪਰ ਕਹਿੰਦੇ ਨੇ ਕਿਸ ਦਾ ਅਰਥ ਇਹ ਕਦਾ ਚਿਤ ਨਹੀਂ ਲਾਉਣਾ ਚਾਹੀਦਾ ਕਿ ਸਹਿਵਾ ਦੇ ਹਜ਼ੂਰ ਜਾਂ ਦਰਬਾਰ ਸਾਹਿਬ ਦੇ ਵਿੱਚ ਇੱਕ ਆਦਮੀ ਖੜਾ ਹੋ ਕੇ ਆਪਣੇ ਪੈਰਾਂ ਦੇ ਉੱਤੇ ਸ਼ਹਨशाह ਦੇ ਵਾਂਗ ਮੱਥਾ ਟਿਕਾਵੇ ਤੇ ਹਰਮੰਦਰ ਦੀ ਬੇਦਬੀ ਕਰੇ ਇਸ ਦਾ ਹੁਣ ਪਤਾ ਨਹੀਂ ਕਿ ਹੁਣ ਉਹ ਮਰਜ਼ਾਦਾ ਬਦਲ ਦਿੱਤੀ ਹੈ ਕਿ ਜਾਂ ਚੱਲਦੀ ਹੈ ਪਰ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਜਦੋਂ ਇਹ ਗ੍ਰੰਥ ਲਿਖਿਆ ਉਹਨਾਂ ਦੇ ਮੁਤਾਬਕ ਉਹ ਜਿਹੜੀ ਰੀਤੀ ਹੈ ਨਾ ਉਸੇ ਤਰ੍ਹਾਂ ਚੱਲਦੀ ਸੀ ਹੋ ਸਕਦਾ ਹੈ ਕਿ ਅੱਜ ਕੱਲ੍ਹ ਇਸ ਤਰ੍ਹਾਂ ਨਾ ਹੁੰਦਾ ਹੋਵੇ ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪਹਿਲਾਂ ਇਸ ਤਰ੍ਹਾਂ ਦੀ ਜਿਹੜੀ ਚੌਂਕੀ ਦੀ ਰੀਤੀ ਹੈ ਇਹ ਬਾਬਾ ਬੁੱਢਾ ਜੀ ਨੇ ਉਸ ਵੇਲੇ ਤੋਰੇ ਸੀ ਜਦੋਂ ਕਿ ਸਤਿਗੁਰੂ ਜੀ ਡਰੋਲੀ ਦੇ ਵਿੱਚ ਸਨ ਤੇ ਰੋਜ਼ ਅਰਦਾਸੇ ਤੋਂ ਬਾਅਦ ਇਹ ਅਰਜ਼ ਕੀਤੀ ਜਾਂਦੀ ਸੀ ਆਏ ਦਰਸ ਦਿਓ ਬਾਚਿਓ ਚਰੰਤੇ ਕਿ हे ਸੱਚੇ ਪਾਤਸ਼ਾਹ ਛੇਤੀ ਤੋਂ ਛੇਤੀ ਆਕੇ ਅੰਮ੍ਰਿਤਸਰ ਦੇ ਵਿੱਚ ਦਰਸ਼ਨ ਦਿਓ ਇਸ ਪ੍ਰਕਾਰ ਸਿਖਣ ਪ੍ਰਣ ਠਾਨ ਅੰਤਰ ਜਾਮੀ ਗੁਰ ਸਭ ਜਾਨਾ ਗ੍ਰੰਥਾਕਾਰ ਪਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਸਿੱਖਾਂ ਨੇ ਪ੍ਰਾਨ ਨੂੰ ਤਾਰਨ ਕੀਤਾ ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਜਾਣਿਆ ਚਾਹਤ ਚਲਣ ਕੋ ਪੁਰੇ ਉਤਲਾਏ ਇੱਕ ਦਿਨ ਪੌਡੇ ਸਹਿ ਸਵਾਏ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰੋਜ਼ ਹੀ ਚਾਹੁੰਦੇ ਨੇ ਕੇ 체ਤੀ ਤੋਂ 체ਤੇ ਅੰਮਰਸਰ ਨੂੰ ਜਾਇਆ ਜਾਵੇ ਅਜੇ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਇੱਕ ਦਿਨ ਪੌਂਡੇ ਸਹਿ ਸੁਭਾਏ ਗ੍ਰੰਥਾਕਾਰ ਪਏ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇੱਕ ਦਿਨ ਦੇ ਵਾਕਿਆਤ ਨੂੰ ਲਿਖਦਾ ਹਾਂ ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਹਿਜਾ ਦੇ ਉੱਤੇ ਵਿਰਾਜੇ ਹੋਏ ਸ ਰੋਤੇ ਗ੍ਰੀਮਖ ਮੈਂ ਕਾਮ ਵਿਸਾਲਾ ਸ਼ਿਰ ਕਿਉਂ ਜਲ ਸੀਤਲ ਕਰ ਸਾਲਾ ਰੁੱਤ ਗਰਮੀ ਦੀ ਸੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਇਸ ਕਰਕੇ ਰਾਮੋ ਨੇ ਤੇ ਭਾਈ ਸਾਈਂ ਦਾਸ ਨੇ ਬਹੁਤਾ ਸਾਰਾ ਠੰਡਾ ਜਲ ਆਪਣੇ ਸਾਰੇ ਘਰ ਦੇ ਵਿੱਚ ਛਿੜਕਿਆ ਹੋਇਆ ਸੀ ਤਾਂ ਕਿ ਠੰਡ ਕਰਵੇ ਚਾਂਪਤ ਪਦ ਜੋਗ ਸਾਈਂ ਦਾਸ ਰਾਮੋ ਵਿਜਨਾ ਕਰਤ ਹੁਲਾਸ ਸਤਿਗੁਰੂ ਜੀ ਬਿਰਾਜੇ ਹੋਏ ਸਨ ਭਾਈ ਸਾਈਂਦਾਸ ਜੀ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਬੈਠ ਕੇ ਸਤਿਗੁਰਾਂ ਦੇ ਚਰਨਾਂ ਨੂੰ ਚਸ ਰਹੇ ਸਨ ਰਾਮੋ ਵਿਜਨਾ ਕਰਤ ਹੁਲਾਸ ਤੇ ਬੜੀ ਖੁਸ਼ੀ ਦੇ ਨਾਲ ਰਾਮੋ ਸਤਿਗੁਰਾਂ ਨੂੰ ਪੱਖਾ ਚੱਲ ਰਹੀ ਸੀ ਮ੍ਰਿਤਲ ਸੇਜ ਪਰ ਸਤਗੁਰ ਥਰੇ ਇਸ ਪ੍ਰਕਾਰ ਕੌਤਕ ਤਬ ਕਰੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਮਲ ਸੇਜਾ ਦੇ ਉੱਤੇ ਸਤਿਗੁਰੂ ਜੀ ਬਿਰਾਜੇ ਹੋਏ ਸਨ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਗੁਰਾਂ ਨੇ ਇੱਕ ਅਜੀਬ ਹੀ ਕਿਸਮ ਦਾ ਕੌਤਕ ਕੀਤਾ। ਲਾ ਦੇਖੇ ਪੇ ਇੱਕ ਸੌਦਾਗਰ ਭਰ ਜਹਾਜ਼ ਠੇਲਿਓ ਵਿੱਚ 사ਗਰ ਕਿਸੇ ਬਹੁਤ ਵੱਡੇ ਸੁਦਾਗਰ ਨੇ ਮੰਨੋ ਕਿ ਆਪਣਾ ਜਰਾ ਸੁਦਾਗਰੀ ਕਰਨ ਦਾ ਸਮਾਨ ਸੀ ਜੋ ਵਪਾਰ ਕਰਨ ਦੀਆਂ ਚੀਜ਼ਾਂ ਸਨ ਉਹਨਾਂ ਨੂੰ ਇਕੱਠਾ ਕੀਤਾ। ਤੇ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਲਦਿਆ ਫਿਰ ਉਹ ਜਹਾਜ਼ ਚੱਲਣਾ ਸ਼ੁਰੂ ਹੋਇਆ ਵੱਡੇ ਸਾਗਰ ਦੇ ਵਿੱਚ ਵੱਡੇ ਸਮੁੰਦਰ ਦੇ ਵਿੱਚ ਅਗਮਨਿਓ ਕਿਸ ਟਾਪੂ ਹਿਤ ਜਾਣੇ ਜਲਦ ਆਗਾਦ ਮੈਂ ਕਰਤ ਪਿਆਨੇ ਉਸ ਸਵਦਾਗਰ ਨੇ ਮੰਨੋ ਕਿ ਕਿਸੇ ਦੂਰ ਟਾਪੂ ਦੇ ਉੱਤੇ ਵਪਾਰ ਕਰਨ ਦੇ ਵਾਸਤੇ ਜਾਣਾ ਸੀ ਆਗਾਦ ਜਿਸ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਉਸ ਦੇ ਵਿੱਚ ਸਮੁੰਦਰੀ ਜਹਾਜ਼ ਜਾ ਰਿਹਾ ਸੀ ਕੇਤਕ ਦੂਰ ਗਾਇਓ ਚਲ ਸੋਏ ਬਾਛਤ ਚਿਤ ਪਹੁੰਚਣ ਦਰਤ ਹੋਏ ਕਵੀ ਜੀ ਲਿਖਦੇ ਨੇ ਕਿ ਕਾफी ਦੂਰੀ ਦੇ ਉੱਤੇ ਸਮੁੰਦਰ ਦੇ ਵਿੱਚ ਅਗਾਹ ਜਹਾਜ਼ ਨਿਕਲ ਗਿਆ ਚਾਹੁੰਦਾ ਸੀ ਸਵਦਾਗਰ ਕਿ ਜਿੰਨਾ ਛੇਤੀ ਹੋ ਸਕੇ ਮੈਂ ਉਸ ਟਾਪੂ ਤੇ ਪਹੁੰਚਾਂ ਤੇ ਵਪਾਰ ਕਰਾਂ ਉਠਾਂ ਤੁਰਾਂ ਗਿਓ ਤੰਗ ਬਿਲੰਦ ਜਲ ਕੇ ਜੀਵ ਭਿਆਨਕ ਬ੍ਰਿੰਦ ਮਾਨੋ ਕੇ ਸਮੁੰਦਰ ਦੇ ਵਿੱਚ ਵੱਡੀਆਂ ਉੱਚੀਆਂ ਉੱਚੀਆਂ ਤਰੰਗਾ ਲਹਿਰਾਂ ਉੱਠ ਰਹੀਆਂ ਸਨ ਜਿਨ੍ਹਾਂ ਲਹਿਰਾਂ ਦੇ ਕਰਕੇ ਮਾਨੋ ਕੇ ਜਿਹੜੇ ਭਿਆਨਕ ਵੱਡੇ ਵੱਡੇ ਜੀਵ ਜੰਤੂ ਨੇ ਪਾਣੀ ਦੇ ਉਹ ਵੀ ਬਾਹਰ ਆ ਰਹੇ ਸਨ ਤਾਹਾਂ ਬਿਗਣ ਐਸੇ ਕੁਛ ਪਾਇਓ ਚਲ ਤ ਜਹਾਜ਼ اٹਕ ਤਹੈ ਗयो ਗ੍ਰੰਥਾਕਰ ਪਏ ਸੰਤੋਖ ਸਿੰਘ ਜੀ ਲਿਖਦੇ ਨੇ ਕੇ ਸਮੁੰਦਰ ਦੇ ਵਿੱਚ ਉਸ ਵੇਲੇ ਕੁਝ ਐਸਾ ਵਿਗਣ ਜਹਾਜ਼ ਨੂੰ ਪਿਆ ਕਿ ਚੱਲਦਾ ਚੱਲਦਾ ਜਹਾਜ਼ ਇੱਕਦਮ ਰੁਕ ਗਿਆ ਚਲੇ ਨਾ ਯਤਨ ਕਰਤ ਸਭ ਹਾਰੇ ਪੇ ਨਿਰਾਸ਼ लाਚਾਰ ਵਿਚਾਰੇ ਸਮੁੰਦਰ ਦੇ ਵਿੱਚਕਾਰ ਜਹਾਜ਼ ਖਲੋ ਗਿਆ ਚੱਲਦਾ ਨਹੀਂ ਸਾਰੇ ਕਾਰੀਗਰਾਂ ਨੇ ਮਾਨੋ ਕੇ ਯਤਨ ਕਰ ਲਏ ਪਰ ਸਾਰੇ ਦੇ ਸਾਰੇ ਥੱਕ ਹਾਰ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਨਾ ਜਹਾਜ਼ ਆ ਜਾਂਦਾ ਨਾ ਪਹਛਾਹ ਜਾਂਦਾ ਵਿਚਕਾਰ ਰੁਗਿਆ ਭੇ ਨਿਰਾਸ਼ लाचार ਵਿਚਾਰੇ ਸਾਰੇ ਦੇ ਸਾਰੇ ਨਿਰਾਸ਼ ਹੋ ਗਏ ਨੇ लाचार ਹੋ ਗਏ ਨੇ ਕਿਉਂਕਿ ਕੋਈ ਵੀ ذریعہ ਨਹੀਂ ਹੈ ਬਚਾ ਦਾ ਅੱਜ ਕੱਲ ਵਰਗਾ ਉਦੋਂ ਦਾ ਸਮਾਂ ਨਹੀਂ ਸੀ ਕਿ ਜੇਕਰ ਜਹਾਜ਼ اٹਕ ਜਾਂਦਾ ਤੇ ਸੰਪਰਕ ਹੁੰਦਾ ਦੂਸਰੇ ਜਹਾਜ਼ਾਂ ਦੇ ਨਾਲ ਕਿ ਕੋਈ ਆਣ ਕੇ ਮਦਦ ਕਰੇ ਇਸ ਤਰ੍ਹਾਂ ਦਾ ਕੋਈ ਵੀ ذریعہ ਨਹੀਂ ਸੀ ਜਿਹੜਾ اٹਕ ਗਿਆ ਸੌਟਕ ਗਿਆ ਇਸ ਕਰਕੇ ਸਾਰਿਆਂ ਦੇ ਕਵੀ ਜਿ ਲਿਖਦੇ ਨੇ ਕਿ ਮਨ ਨਿਰਾਸ਼ ਹੋ ਗਏ ਲਾਚਾਰ ਹੋ ਗਏ ਨੇ ਕਰ ਕੀ ਸਕਦੇ ਨੇ ਸਭ ਕੇ ਛਤਿਆਗ ਪਰੇ ਗੁਰ ਸ਼ਰਨਾ ਰਚੋ ਆਪ ਆਪ ਕੋ ਪਰਣਾ ਫਿਰ ਸਾਰਿਆਂ ਨੇ ਮੰਨੋ ਕਿ ਸਾਰਿਆਂ ਆਸਰਾ ਨੂੰ ਤਿਆਗਿਆ ਹੈ ਤੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਨੇ ਸਾਰਿਆਂ ਨੇ ਅਰਦਾਸਾਂ ਕੀਤੀਆਂ ਨੇ ਰਚੋ ਆਪ ਆਪ ਕੋ ਪਰਣਾ हे गरीब नवाज हे सच्चे बादशाह जी रखिया करो सिर्फ त्वाडा ही आसरा जहां सहायक होत ना कोई तें सिखण के पालक होई सारे कहंदे ने के जिथे कोई भी दुनिया दा मनुष्य सहायता नहीं कर सकदा हे सच्चे बादशाह ओथे तुसी माननो के अपने सेवकां के दे आन के रखिया कर दियो पालना कर दियो ਕਾਰਜ ਕਰੋ ਸੁਧਾਰਨ ਸਾਰੇ ਇਸ ਪ੍ਰਕਾਰ ਨਿਤ ਬਿਰਦ ਤੁਹਾਾਰੇ ਆਪਣੇ ਸੇਵਕਾਂ ਦੇ ਸਾਰੇ ਕਾਰਜਾਂ ਨੂੰ ਤੁਸੀਂ ਸੁਧਾਰਦੇ ਹੋ ਇਸ ਤਰ੍ਹਾਂ ਦਾ ਤੁਹਾਡਾ ਧਰਮ ਸ਼੍ਰੀ ਹਰਿ ਗੋਬਿੰਦ ਸੰਕਟ ਜਾਨ ਪਹੁੰਚੇ ਤਤਸ਼ਨ ਮੇ ਭਗਵਾਨਾ ਗ੍ਰੰਥਾਕਾਰ ਪਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਮੰਨੋ ਕਿ ਉਹਨਾਂ ਦੀਆਂ ਕੀਤਿਆਂ ਹੋਈਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਈਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਸੰਕਟ ਨੂੰ ਜਾਣਿਆ ਤੇ ਸੰਕਟ ਨੂੰ ਕੱਟਣ ਦੇ ਵਾਸਤੇ ਮੰਨੋ ਕਿ ਤਤਿ ਛਿਨਹਿ ਸਤਿਗੁਰੂ ਜੀ ਉੱਥੇ ਪਹੁੰਚ ਗਏ ਲਾ ਇਸ ਕਾਂਦ ਚਲਾਏ ਜਹਾਂ ਜ ਨਿਜ ਸਿੱਖ ਕੇ ਪੂਰਨ ਕੀਏ ਕਾਜ ਓਜਰਾ ਸੁਦਾਗਰ ਸੇ ਉਹ ਸਤਿਗੁਰਾਂ ਦਾ ਪਿਆਰਾ ਸਿੱਖ ਸੀ ਸਤਿਗੁਰੂ ਜੀ ਆਪ ਗਏ ਨੇ ਕੰਦਾ ਲਾ ਕੇ ਉਸ ਦਾ ਜਹਾਜ਼ ਤੋੜਿਆ ਨਿਜ ਸਿੱਖਣ ਕੇ ਪੂਰਨ ਕੀਇ ਕਾਜਾ ਜਿਹੜੇ ਆਪਣੇ ਸਿੱਖਾਂ ਦੇ ਕਾਰਜ ਨੂੰ ਪੂਰਾ ਕਰਦੇ ਨੇ ਉਹਨਾਂ ਨੇ ਮੰਨੋ ਕਿ ਉਸ ਸਿੱਖ ਦੇ ਕਾਰਜ ਨੂੰ ਪੂਰਾ ਕਰ ਵਿਖਾਇਆ ਹਰਾ ਮੋਯਾਂਦ ਕਾ ਦਾਸ ਜਿਉਰ ਜਾਨ ਗੁਰ ਸੁਪਤੇ ਇਸ ਠੌਰ ਪਰੇਸ ਕੌਤਕ ਨੂੰ ਸਿਰਫ ਭਾਈ ਸਾਈਂਦਾਸ ਨੇ ਵੇਖਿਆ ਹੈ ਹੋਰ ਕਿਸੇ ਨੂੰ ਪਤਾ ਕੁਝ ਨਹੀਂ ਲੱਗਾ ਕਵੀ ਜੀ ਲਿਖਦੇ ਨੇ ਕਿ ਰਾਮੋ ਤੇ ਹੋਰ ਜਿੰਨੇ ਵੀ ਆਸੇ ਪਾਸੇ ਦਾਸ ਨੇ ਉਹ ਸਾਰੇ ਇਹ ਸਮਝਦੇ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਰਾਜੇ ਹੋਏ ਚੌਂ ਦਿਸ਼ ਫਿਰਤੀ ਬਿਜ ਨਾ ਕਰਤੀ ਸਵੇਦ ਨ ਹੋਏ ਪ੍ਰੇਮ ਕੋ ਧਰਤੀ ਤੇ ਰਾਮੋ ਮਨੋ ਕੇ ਚਾਰ ਸਫੇਰੇ ਫਿਰ ਤੁਰ ਕੇ ਪੱਖਾ ਚੱਲ ਰਹੀ ਸੀ ਤਾਂਕੇ ਕਿਸੇ ਵੀ ਤਰੀਕੇ ਦੇ ਨਾਲ ਗਰਮੀ ਨਾ ਲੱਗੇ ਜਬੇ ਸਿਰਾਂ ਨੇ ਦਿਸ ਕੋ ਆਈ ਕੇਸ ਛੁਟੇ ਗੋਰ ਕੇ ਦਰਸਾਈ ਜਦੋਂ ਰਾਮੋ ਪੱਖਾ ਚਲਦੀ ਚਲਦੀ ਸਤਗੁਰਾਂ ਦੇ ਸਿਰਾਂ ਨੇ ਵੱਲ ਪਹੁੰਚੀ ਹੈ ਤੇ ਕੀ ਵੇਖਿਆ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਿਹੜੇ ਕੇਸ ਨੇ ਨਾ ਉਹਨਾਂ ਨੂੰ ਖੁੱਲੇ ਛੱਡਿਆ ਹੋਇਆ ਹੈ ਪਲੰਗ ਦੇ ਥੱਲੇ ਉਹ ਲਮਕਦੇ ਤਿੰਨ ਤਿੰਨ ਚਰਤ ਨੀਰ ਕਨੇਰਾ ਆਚ ਰਜ ਭਈ ਹੇਰ ਤਿਸ ਬੇਰਾ ਤੇ ਵੇਖਦੇ ਆਂ ਵੇਖਦੇ ਆਂ ਹੀ ਸਤਿਗੁਰੂ ਜੀ ਬਿਰਾਜੇ ਸਨ ਤੇ ਜਦੋਂ ਸਤਿਗੁਰਾਂ ਨੇ ਆਪਣੇ ਕੇਸਾਂ ਨੂੰ ਸਿਕਾਉਣ ਦੇ ਵਾਸਤੇ ਥੱਲੇ ਲਮਕਾਇਆ ਹੋਇਆ ਸੀ ਪਹਿਲਾਂ ਵੀ ਬੜੀ ਵਾਰੀ ਸਰਾਣੇ ਦੇ ਕੋਲ ਆਣ ਕੇ ਉਹਨੇ ਪੱਖਾ ਚੱਲਿਆ ਸੀ ਸਤਿਗੁਰਾਂ ਦੇ ਕੇਸ ਇੰਨੇ ਗਿੱਲੇ ਨਹੀਂ ਸਨ ਕਿ ਜਿਨ੍ਹਾਂ ਦੇ ਵਿੱਚੋਂ ਪਾਣੀ ਨਿਚੜਦਾ ਹੋਵੇ ਪਰ ਜਦੋਂ ਐਸ ਵੇਰੇ ਉਹਨੇ ਕੇਸਾਂ ਦੇ ਵੱਲ ਦੇਖਿਆ ਤੇ ਬੜਾ ਤੇ ਪਰ ਗਤੀ ਦੇ ਨਾਲ ਉਹਨਾਂ ਕੇਸਾਂ ਦੇ ਵਿੱਚੋਂ ਪਾਣੀ ਨਿਚੜਦਾ ਹੈ ਆਚਰਜ ਭਾਈ ਹੇਰ ਤਸਵੇਰਾ ਬੜੀ ਹੈਰਾਨ ਹੋਏ ਕਿ ਅਚਾਨਤ ਸਤਗੁਰਾਂ ਦੇ ਕੇਸ ਇੰਨੇ ਗਿੱਲੇ ਕਿਵੇਂ ਹੋ ਗਏ ਜਿਨ੍ਹਾਂ ਦੇ ਵਿੱਚੋਂ ਪਾਣੀ ਨਿਚਣ ਲੱਗਾ ਪਤ ਸੋ ਉਚਰਤ ਇਹ ਕਿ ਆ ਪਾਇਓ ਇਹ ਤੋਂ ਸਵੇਦ ਕੇ ਮਸਿਰ ਤੇ ਗयो ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵੇਲੇ ਤੇ ਇਸ ਤਰ੍ਹਾਂ ਲੱਗਾ ਕਿ ਜਿਵੇਂ ਪਾਣੀ ਨਿਚਰਦਾ ਹੈ ਪਰ ਫਿਰ ਹਰਾਮੋ ਨੇ ਸੋਚਿਆ ਕਿ ਇੰਜ ਕਿਵੇਂ ਹੋ ਸਕਦਾ ਹੈ ਕਿ ਸਤਿਗੁਰੂ ਜੀ ਤੇ ਮੰਨੋ ਕਿ ਨਹਾ ਕੇ ਨਹੀਂ ਬਰਾਜੇ ਪਹਿਲਾਂ ਤੇ ਪਾਣੀ ਨਹੀਂ ਸੀ ਨਿਚਰਦਾ ਮੰਨੋ ਕਿ ਉਹਦੇ ਮਨ ਦੇ ਵਿੱਚ ਇਹ ਭਲੇਖਾ ਪੈਦਾ ਹੋ ਗਿਆ ਕਿ ਗਰਮੀ ਇੰਨੀ ਲੱਗ ਰਹੀ ਹੈ ਜਿਹਦੇ ਨਾਲ ਪਸੀਨਾ ਚੋਰੇ ਪਰ ਹਰਾਨੀ ਦੇ ਵਿੱਚ ਉਸਨੇ ਆਪਣੇ ਪਤੀ ਸਾਈਂਦਾਸ ਨੂੰ ਪੁੱਛਿਆ ਕਹਿੰਦੀ ਹੈ ਇਹ ਕੀ ਪਾਇਓ ਇਹ ਪਤੀ ਜੀ ਕੀ ਹੋ ਰਿਹਾ ਹੈ ਇਤੋ ਸਵੇਦ ਕਿੰ ਮਿਰ ਤੇ ਗयो ਇਨਾ ਜਿਆਦਾ ਪਸੀਨਾ ਕਿਵੇਂ ਸਿਰ ਦੇ ਵਿੱਚੋਂ ਚੋਰਿਆ ਬਹੁਰ ਕਹਤੇ ਇਹ ਸਵਾਦ ਨਾਇ ਹੈ ਨੀਰਯਦਕ ਕੇਸਨ ਤੇ ਬਹ ਜਦੋਂ ਰਾਮੂ ਨੇ ਇਸ ਤਰ੍ਹਾਂ ਆਖਿਆ ਇਸ ਦਾ ਕੀ ਕਾਰਨ ਹੈ ਕਿ ਇਨਾ ਜਿਆਦਾ ਪਸੀਨਾ ਸਤਗੁਰਾਂ ਦੇ ਸਿਰ ਦੇ ਵਿੱਚੋਂ ਆ ਰਿਹਾ ਉਸ ਵੇਲੇ ਸਾਈਂ ਦਾਸ ਨੇ ਰਾਮੂ ਨੂੰ ਆਖਿਆ ਕਹਿੰਦਾ ਨਹੀਂ ਇਹ ਸਵੇਦ ਨਾ ਹੈ ਇਹ ਮੁੜਕਾ ਨਹੀਂ ਹੈ ਇਹ ਪਸੀਨਾ ਨੇ ਕਹਿੰਦੀ ਇਹ ਫਿਰ ਕੀ ਹੈ ਕਹਿੰਦਾ ਇਹ ਨੀਰ ਅਧਕ ਕੇਸਣ ਤੇ ਵਹ ਇਹ ਬਹੁਤਾ ਸਾਰਾ ਜਿਹੜਾ ਪਾਣੀ ਹੈ ਨਾ ਉਹ ਕੇਸਾਂ ਦੇ ਵਿੱਚੋਂ ਨਿਚੜਦਾ ਹੈ। ਕਿਆ ਕਾਰਨ ਪਾਖਿਓ ਨਹੀਂ ਜਾਈ ਸਾਈਂ ਦਾਸ ਸੁ ਬਾਤ ਸੁਣਾਈ ਕਹਿੰਦੀ ਇਹ ਪਤੀ ਜੀ ਕਾਰਨ ਕੀ ਹੈ ਕਿਉਂਕਿ ਸਤਗੁਰਾਂ ਦੇ ਕੇਸਾਂ ਦੇ ਵਿੱਚੋਂ ਪਹਿਲਾਂ ਤੇ ਪਾਣੀ ਨਹੀਂ ਸੀ ਨਿਚੜਦਾ ਹੁਣ ਕਿਉਂ ਨਿਚੜ ਰਿਹਾ ਹੈ ਇਹ ਗੱਲ ਕੁਝ ਮੰਨਣ ਦੇ ਵਿੱਚ ਨਹੀਂ ਆਉਂਦੀ। ਤੇ ਰਾਮੂ ਨੂੰ ਫਿਰ ਸਾਈਂ ਦਾਸ ਨੇ ਸਾਰਾ ਪ੍ਰਸੰਗ ਸੁਣਾ ਦਿੱਤਾ ਆਵ ਸਾਗਰ ਵਿੱਚ ਰੇ ਗੋਰ ਆਏ ਸਿੱਖ ਜਹਾਜ਼ اٹਕਿਓ ਸੋ ਲੰਘਾਏ ਸਾਈਂ ਦਾਸ ਨੇ ਰਾਮੂ ਨੂੰ ਆਖਿਆ ਕਿ ਹੁਣੇ-ਹੁਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਵਿੱਚੋਂ ਵਾਪਸ ਆਏ ਨੇ ਉੱਥੇ ਵਿਚਰ ਕੇ ਆਏ ਨੇ ਕਿਸੇ ਸਿੱਖ ਦਾ ਜਹਾਜ਼ ਫਸ ਗਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਪਾਰ ਲੰਘਾ ਕੇ ਆਏ ਨੇ ਮੈਂ ਸਾਰਾ ਕੁਝ ਵੇਖਿਆ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਤੁਸੀਂ ਸੁਣਿਆ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਸਾਈਂ ਦਾਸ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸਾੰਢ ਹੋਣੇ ਹੀ ਸਮਝਿਆ ਇਸੇ ਕਰਕੇ ਇੰਨੀ ਵੱਡੀ ਚੀਜ਼ ਦੀ ਪ੍ਰਾਪਤੀ ਹੋਈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਰਿਸ਼ਤਿਆਂ ਤੋਂ ਉੱਚੀ ਚੀਜ਼ ਹੈ ਜਿਹੜੇ ਰਿਸ਼ਤੇਦਾਰੀਆਂ ਦੇ ਵਿੱਚ ਅੜੇ ਰਹਿ ਜਾਂਦੇ ਨੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਗੁਰੂ ਬੜੀ ਉੱਚੀ ਚੀਜ਼ ਹੈ ਜਿਹੜੀ ਕਿ ਰਿਸ਼ਤਿਆਂ ਦੇ ਵਿੱਚ ਨਹੀਂ ਵੱਜਦੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸੇ ਹੀ ਸਾਖੀ ਦਾ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਹਾਜ਼ ਨੂੰ ਬੰਨੇ ਲਾਉਣ ਦੇ ਵਾਸਤੇ ਚਲੇ ਗਏ ਤੇ ਨਾਲ ਹੀ ਭਾਈ ਸਾਈਂਦਾਸ ਚਲਾ ਗਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਥੇ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਕਿ ਪਲੰਗ ਦੇ ਉੱਤੇ ਰੇਤ ਆ ਗਈ ਸੀ ਸਮੁੰਦਰ ਦੇ ਸੋ ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਭਾਈ ਸਾਈਂਦਾਸ ਨੇ ਆਖਿਆ ਕਿ ਸਤਿਗੁਰੂ ਜੀ ਹੁਣੇ ਜਹਾਜ਼ ਕਿਸੇ ਦਾ ਤੋੜ ਕੇ ਆਏ ਨੇ ਔਰ ਇਹ ਜਿਹੜਾ ਪਾਣੀ ਹੈ ਨਾ ਇਹ ਸਮੁੰਦਰ ਦਾ ਪਾਣੀ ਹੈ ਜਿਹਦੇ ਵਿੱਚ ਸਤਿਗੁਰਾਂ ਦੇ ਕੇਸ ਗਿੱਲੇ ਹੋ ਗਏ ਤੂ ਛਣ ਰਹੋ ਸੇਵਕੋ ਠਾਣੋ ਨਹੀਂ ਉੱਚੇ ਮੁਖ ਬਾਕ ਬਖਾਨੋ ਸਾਈਂਦਾਸ ਜੀ ਰਾਮਾ ਨੂੰ ਕਹਿੰਦੇ ਨੇ ਕਿ ਚੁੱਪ ਕਰ ਜਾ ਉੱਚੀ ਉੱਚੀ ਗੱਲਾਂ ਨਾ ਕਰਨ ਕਿਤੇ ਸਤਿਗੁਰੂ ਜੀ ਜਾਗ ਨਾ ਜਾਣ ਨਹੀਂ ਉੱਚੇ ਮੁਖ ਬਾਗ ਬਖਾਨੋ ਉੱਚੀਆਂ ਉੱਚੀਆਂ ਗੱਲਾਂ ਨਾ ਕਰ ਚੁੱਪ ਕਰਕੇ ਪੱਖਾ ਚੱਲੀ ਆ ਤਵ ਸਤਗੁਰ ਹੋਏ ਸਾਵਧਾਨ ਉੱਠ ਕਰ ਬੈਠੇ ਬਾਕ ਬਖਾਨਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਵਧਾਨ ਹੋ ਗਏ ਨੇ ਤੇ ਪਲੰਗ ਦੇ ਉੱਤੇ ਉੱਠ ਕੇ ਬਹਿ ਗਏ ਸਾਈਂ ਦਾਸ ਜੋ ਬਾਤ ਬਤਾਈ ਸ਼ਕਤੀ ਇਤੀ ਕਿਤਤੇ ਤੈ ਪਾਈ ਉੱਠਦਿਆਂ ਸਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਈਂ ਦਾਸ ਨੂੰ ਸਵਾਲ ਕੀਤਾ ਕਹਿੰਦੇ ਨੇ ਹੇ ਸਾਈਂ ਦਾਸ ਇਹ ਜਿਹੜੀ ਤੂੰ ਗੱਲ ਦੱਸੀ ਹੈ ਰਾਮ ਨੂੰ ਇਨੀ ਸ਼ਕਤੀ ਤੈਨੂੰ ਕਿੱਥੋਂ ਮਿਲੇ ਹਾਥ ਜੋਰ ਬੋਲਿਓ ਬੜ ਪਾਗੀ ਤੁਮਰੀ ਸੇਵਾ ਮੇ ਮਤ ਪਾਗੀ ਹੱਥ ਜੋੜ ਕੇ ਭਾਈ ਸਾਈਂदास ਜੀ ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਦੇ ਵਿੱਚ ਮੇਰੀ ਮਤ ਰੰਗੀ ਹੋਈ ਪਾਦਰਜ ਕੀ ਮੁਖ ਅੱਖਣ ਲਾਈ ਸੀਤ ਪ੍ਰਸਾਦ ਆਪਕੋ ਖਾਈ ਸਾਈਂदास ਨੇ ਆਖਿਆ ਸੱਚੇ ਪਾਤਸ਼ਾਹ ਤੁਹਾਡੇ ਚਰਣਾ ਕਮਲਾਂ ਦੀ ਧੂੜੀ ਨੂੰ ਮੈਂ ਚਖਿਆ ਵੀ ਹੈ ਮੈਂ ਆਪਣੀ ਅੱਖਾਂ ਦੇ ਵਿੱਚ ਵੀ ਪਾਇਆ ਹੈ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੀਤ ਪ੍ਰਸਾਦ ਵੀ ਛਕਿਆ ਕਰੇ ਪ੍ਰੇਮ ਸੋ ਇਤੀ ਜੋ ਸੇਵਾ ਇਸ ਬਿਦ ਹੋਏ ਪ੍ਰਸੰਨ ਗੁਰ ਦੇਵਾ ਸੱਚੇ ਪਾਤਸ਼ਾਹ ਮੈਂ ਇਨਾ ਵਦੇਰੇ ਪ੍ਰੇਮ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਤੁਸੀਂ ਮੇਰੇ ਤੇ ਪ੍ਰਸੰਨ ਹੋ ਗਏ ਔਰ ਮੈਨੂੰ ਇਸ ਤਰ੍ਹਾਂ ਦੀ ਸਮਰੱਥਾ ਬਖਸ਼ੀ ਬਹਰੋ ਵਸਤ ਨਐਸੀ ਕੋਏ ਜੋ ਸਿੱਖ ਤੁਮਰੋ ਲਹਿ ਨਾ ਸੋਏ ਪਾਈ ਸਾਈਂ ਦਾਸ ਜੀ ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਜਿਹੜਾ ਪ੍ਰੇਮ ਦੇ ਨਾਲ ਤੁਹਾਡੀ ਸੇਵਾ ਕਰਦਾ ਹੈ ਤੁਸੀਂ ਉਹਦੇ ਉੱਤੇ ਪ੍ਰਸੰਨ ਹੋ ਜਾਂਦੇ ਹੋ ਤੇ ਐਸੀ ਦੁਨੀਆ ਦੇ ਵਿੱਚ ਕੋਈ ਵੀ ਵਸਤੂ ਨਹੀਂ ਹੈ ਕਿ ਜਿਹੜੀ ਫਿਰ ਉਸ ਸਿੱਖ ਨੂੰ ਪ੍ਰਾਪਤ ਨਾ ਹੋਵੇ ਹਰਾਵਰ ਕੀ ਕਰਨਾ ਸਭ ਪਾਈ ਅਪਰ ਕਹਾਤੇ ਹਮਨੇ ਲਈ اے سچے بادشاہ اور شکتیں کتھوں لینی ہے کتھوں ملنی ہے سچے بادشاہ تہاڈی دایا ہوئی ہے تہاڈی کرنا ہوئی ہے تے سچے بادشاہ تہاڈی کرپا دے نال تہاڈے چرنا دے وچوں ہی ایسی سمرثا ملی ہے ایسی شکتیں ملی ہے کہ میں بھی تواڈے نال گیا جدوں تسی سکھ دے سہتا کیتی سن پرسان سر ہر گویند ਸਫਲ ਪਈ ਤੁਮ ਸੇਵਾ ਬਿਲੰਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਦੀਆਂ ਬੇਨਤੀਆਂ ਨੂੰ ਸੁਣਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੁਣ ਪ੍ਰਸੰਨ ਸ੍ਰੀ ਹਰਗੋਬਿੰਦ ਸਫਲ ਪਈ ਤੁਮ ਸੇਵ ਬਿਲੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਵਚਨ ਕੀਤਾ ਕਹਿੰਦੇ ਨੇ हे ਪਾਈ ਸਾਈਂ ਦਾਸ ਸਫਲ ਪਈ ਤੁਮ ਸੇਵ ਬਿਲੰਦ ਤੇਰੀ ਕੀਤੀ ਹੋਈ ਜਿਹੜੀ ਸੇਵਾ ਹੈ ਨਾ ਮਾਨੋ ਕੇ ਸਫਲ ਹੋ ਗਈ ਹੈ ਪ੍ਰਵਾਨ ਹੋ ਗਈ ਹੈ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਪਾਪ ਕੇ ਉਹੀ ਸੇਵਾ ਕੀਤੀ ਸਫਲ ਹੁੰਦੀ ਹੈ ਜੇਕਰ ਸਤਗੁਰੂ ਜੀ ਉਹ ਸੇਵਾ ਨੂੰ ਪ੍ਰਵਾਨ ਕਰ ਲੈਣ ਉਸੇ ਤਰ੍ਹਾਂ ਜ ਸਤਗੁਰਾਂ ਨੇ ਬਚਨ ਕੀਤਾ ਹੈ ਸਫਲ ਭਈ ਤੇਰੀ ਸੇਵ ਬਲੰਦ ਤੇਰੀ ਕੀਤੀ ਹੋਈ ਭਾਈ ਸਾਈਂ ਦਾ ਸੇਵਾ ਸਾਡੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਈ ਇਸੇ ਤਰ੍ਹਾਂ ਦੇ ਬਹੁਤ ਸਾਰੇ ਵਾਕਿਆ ਤੁਸੀਂ ਸੁਣੇ ਹੋਣਗੇ ਮੱਖਣシャ ਲਵਾਣੇ ਦਾ ਜਹਾਜ਼ ਵੀ ਇਸੇ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਾਲ ਲੰਗਾਇਆ ਸੀ ਇਸ ਤੋਂ ਇਲਾਵਾ ਇੱਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਸੰਗ ਵੀ ਆਉਂਦਾ ਹੈ ਉਹ ਪ੍ਰਸੰਗ ਇਸ ਤਰ੍ਹਾਂ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਰਾਜੇ ਸਨ ਤੇ ਸਤਿਗੁਰਾਂ ਦੀ ਦਾਸੀ ਸੀ ਜਿਹਦਾ ਨਾਮ ਇਤਿਹਾਸਕਾਰਾਂ ਨੇ ਤੁਲਸਾ ਲਿਖਿਆ ਹੋਇਆ ਹੈ ਤੁਲਸਾ ਦਾਸੀ ਸੀ ਮਾਤਾ ਤ੍ਰਿਪਤਾ ਜੀ ਨੇ ਆਖਿਆ ਕਿ ਜਾ ਕੇ ਨਾਨਕ ਨੂੰ ਬੁਲਾ ਕੇ ਲੈ ਆਓ ਪ੍ਰਸ਼ਾਦਾ ਤਿਆਰ ਹੈ ਛਕ ਲੈਣ ਜਦੋਂ ਬਣਾਉਣ ਗਈ ਦਾਸੀ ਤੁਲਸਾ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਿਰਾਜੇ ਸਨ ਤੇ ਦਾਸੀ ਨੇ ਸਮਝਿਆ ਕਿ ਸਤਿਗੁਰਾਂ ਨੂੰ ਜਗਾਉਣਾ ਠੀਕ ਨਹੀਂ ਹੋਵੇਗਾ ਪਰ ਮਾਤਾ ਜੀ ਦਾ ਹੁਕਮ ਹੈ ਜਗਾਉਣਾ ਹੈ ਪ੍ਰਸ਼ਾਦਾ ਛਕਣਾ ਹੈ ਇਸ ਕਰਕੇ ਦਾਸੀ ਨੇ ਆਪਣੀ ਜੀਬ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਚਟਣਾ ਸ਼ੁਰੂ ਕੀਤਾ ਗ੍ਰੰਥਾਕਾਰ ਪਈ ਸੰਤੋਖ ਸਿੰਘ ਨੇ ਉਸ ਸਮੇਂ ਲਿਖਿਆ ਹੈ ਕਿ ਜਦੋਂ ਚਟਿਆ ਸਤਿਗੁਰਾਂ ਦੇ ਚਰਨਾਂ ਨੂੰ ਤੇ ਸਾਰੀ ਸੋਝੀ ਹੋ ਗਈ ਦਾਸੀ ਨੂੰ ਕੀ ਦਾਸੀ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਅੜੇ ਹੋਏ ਜਹਾਜ਼ ਸਮੁੰਦਰੀ ਨੂੰ ਪਾਰ ਲਾ ਰਹੇ ਨੇ ਤੇ ਉਸੇ ਵੇਲੇ ਤੁਲਸਾ ਨੇ ਆਣ ਕੇ ਮਾਤਾ ਤ੍ਰਿਤਾ ਨੂੰ ਆਖਿਆ ਕਹਿੰਦੇ ਆ ਕਿ ਸਤਿਗੁਰੂ ਜੀ ਤੇ ਉੱਥੇ ਨਹੀਂ ਹਨ ਮਾਤਾ ਜੀ ਕਹਿੰਦੇ ਨੇ ਗਏ ਕਿੱਥੇ ਨੇ ਦਾਸੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਤੇ ਦੂਰ ਕਿਸੇ ਸਮੁੰਦਰ ਦੇ ਵਿੱਚ ਕਿਸੇ ਜਹਾਜ਼ ਨੂੰ ਬੰਨੇ ਲਾ ਰਹੇ ਨੇ ਮਾਤਾ ਤ੍ਰਿਤਾ ਜੀ ਕਾਲੀ ਦੇ ਨਾਲ ਉੱਠੇ ਨੇ ਗਹਿਣੇ ਜਾ ਕੇ ਵੇਖਿਆ ਕਿ ਸਤਿਗੁਰੂ ਜੀ ਵਿਰਾਜੇ ਨੇ ਸਤਗੁਰਾਂ ਨੂੰ ਉਠਾਇਆ ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਹੇ ਨਾਨਕ ਹੁਣ ਤੇ ਇਸ ਤਰ੍ਹਾਂ ਦੀਆਂ ਗੱਲਾਂ ਮਖੌਲ ਵਾਲੀਆਂ ਦਾਸੀਆਂ ਕਰਨ ਲੱਗ ਪਈਆਂ ਨੇ ਦਾਸੀ ਨੇ ਮਖੌਲ ਕੀਤਾ ਮੈਨੂੰ ਇੰਨਾ ਵੱਡਾ ਕਿ ਤੁਹਾਡਾ ਪੁੱਤਰ ਤੇ ਇੱਥੇ ਹੈ ਹੀ ਨਹੀਂ ਉਹ ਤੇ ਜਹਾਜ਼ ਬੰਨੇ ਲਾਉਣ ਵਾਸਤੇ ਗਿਆ ਹੋਇਆ ਨਾਨਕ ਆਪਣੀ ਆਤਾਂ ਨੂੰ ਸੁਧਾਰ ਕਿਉਂਕਿ ਸਤਿਗੁਰੂ ਜੀ ਉਸ ਵੇਲੇ ਮੰਨੋ ਕਿ ਇਹਨੇ ਰਤੇ ਗਏ ਸਨ ਮਸਤ ਰਹਿੰਦੇ ਸਨ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕਿਆਤ ਹੁੰਦੇ ਨੇ ਪਰ ਇੱਥੇ ਕਵੀ ਜੀ ਨੇ ਇਸ ਵਾਕਿਆਤ ਨੂੰ ਬਿਆਨ ਕੀਤਾ ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਦੇ ਨੇ ਦੂਸਰੇ ਪਾਸੇ ਸਮਾ ਸਵਾਵਤ ਹੋ ਚੁੱਕਾ ਹੈ ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਅਗਲੇ ਇਤਿਹਾਸ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪੇਸ਼ ਕਰਨਗੇ ਉਸੇ ਤਰ੍ਹਾਂ ਸਾਹ ਸੰਗਤ ਦੇ ਸਰਮੁਖ ਖਰਚ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਕੇ ਅਜਿਨੇ ਹੀ ਅਰਜਾ ਕਰਦਾ ਹੋਇਆ ਮਾਥੇ ਕਥਾਨੋ ਇਸਰਾਮ ਦੇ ਕੇ ਸਾਰੀ ਸਾ ਸੰਗਤੋਂ ਖਿਮਾ ਦਾ ਅਰਜ ਕਰ। ਹੇ ਅਚੂਤ へ ਪਾਰ ਬ੍ਰਹਮ ਅਬਨਾਸੀ ਅਗਨਾਸ਼। ਹੇ ਪੂਰਨ へ ਸਰਬਮੈਂ ਦੁਖ ਪੰਜਨ ਗੁਣਤਾਸ। ਹੇ ਸੰਗੀ へ ਨਿਰੰਕਾਰ へ ਨਿਰਗੁਣ ਸਭ ਟੇਕ। हे गोविंद हे गुण निधान जा कह सदा विवेक हे अपरंपर हर हरे हरे हैप्पी हो वनहार हे संता कह सदा संग ने धार आधार हे ठाकुर हो दास रो मैं निरगुण गुण नहीं कोई ਨਾਨਕ ਦੀ ਜੈ ਨਾਮ ਧਾਨ ਰੱਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ